ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹ ਕੀ ਔਰ ਵੈਲਕਮ ਟੂ ਦ ਪ੍ਰੋਗਰਾਮ ਅੱਜ ਮੇਰੇ ਗੈਸਟ ਹੈ ਪੌਲ ਬ੍ਰੇਚ ਜੀ ਪੌਲ ਜੀ ਬੜੇ ਅੱਛੇ ਇਨਸਾਨ ਹੈ ਖੁਦਾ ਦੀ ਸੇਵਾ ਵਿੱਚ ਚਰਚ ਐਲਡਰ ਵੀ ਹੈ ਔਰ ਡਰਾਈਵਿੰਗ ਇੰਸਟ੍ਰਕਟਰ ਵੀ ਹੈ ਖੁਦਾ ਦੇ ਕਲਾਮ ਵਿੱਚ ਹੀਬਰੂਜ਼ ਦੀ ਕਿਤਾਬ ਦੇ ਵਿੱਚ 13 ਬਾਬ ਔਰ 8ਵੀਂ ਐਤ ਵਿੱਚ ਲਿਖਿਆ ਹੈ ਯਿਸੂ ਮਸੀਹ ਕੱਲ ਅਤੇ ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ ਜੀਸਸ ਕ੍ਰਾਈਸਟ ਇਜ਼ ਦ ਸੇਮ ਯੈਸਟਰਡੇ ਐਂਡ ਟੁਡੇ ਐਂਡ ਫੋਰ ਐਵਰ ਐਲਡਰ ਪੌਲ ਉੱਤੇ ਬੜੀਆਂ ਮੁਸੀਬਤਾਂ ਆਈਆਂ ਲੇਕਿਨ ਇਹਨਾਂ ਨੇ ਯਿਸੂ ਦਾ ਪਲ ਨਹੀਂ ਛੱਡਿਆ ਪੌਲ ਜੀ ਵੈਲਕਮ ਟੂ ਦ ਪ੍ਰੋਗਰਾਮ ਜੈ ਮਸੀਹ ਕੀ ਪਾਸਟਰ ਜੀ ਜੈ ਮਸੀਹ ਕੀ ਤੈਨੂੰ ਵੀ ਔਰ ਪੌਲ ਜੀ ਆਪਾਂ ਇੱਦਾਂ ਕਰਦੇ ਹਾਂ ਕਿ ਸ਼ੁਰੂਆਤ ਤੋਂ ਪਹਿਲਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਛੋਟੀ ਜਿਹੀ ਦੁਆ ਕਰੋ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੈਗੇ ਤੁਸੀਂ ਉਹਨਾਂ ਵਾਸਤੇ ਦੁਆ ਕਰੋ ਅਵਸ਼ਯ ਕਮੇਟੀਏ ਅਤੇ ਉਹਦੀ ਖੁਦਾ ਦੀ ਤਾਰੀਫ ਹੋਵੇ ਸੱਚੇ ਜ਼ਿੰਦਾ ਖੁਦਾ ਤੇਰਾ ਸ਼ੁਕਰ ਕਰਦੇ ਹਾਂ ਜਿਨ ਲਈ ਇਸ ਟਾਈਮ ਲਈ ਇੱਕ ਤਾਂ ਪਾਪੇ ਕਦੀ ਫਿਰ ਸਾਨੂੰ ਮੌਕਾ ਦਿੱਤਾ ਕਿ ਤੇਰੇ ਚਰਨਾ ਚਾਹ ਕੇ ਤੇਰੀ ਤਾਰੀਫ ਤੇਰਾ ਨਾਂ ਲੈ ਸਕੀਏ ਇੱਕ ਤਾਂ ਪਾਪ ਅਸੀਂ ਜੋ ਵੀ ਸਾਨੂੰ ਅੱਜ ਲਿਸਨ ਕਰ ਰਹੇ ਆ ਉਹਨਾਂ ਲਈ ਪ੍ਰੇ ਕਰਦੇ ਹਾਂ ਇੱਕ ਤਾਂ ਪਾਪ ਕਿ ਉਹ ਵੀ ਇੱਕ ਖੁਦਾ ਨੂੰ ਜਾਣਨ ਜਿਹੜਾ ਖੁਦਾ ਸਾਡੀ ਤਾਰੀਫ ਵਿੱਚ ਉਹਦਾ ਨਾਂ ਲੈ ਸਕਦੇ ਅਸੀਂ ਉਹਦਾ ਜਾਣਦੇ ਹਾਂ ਕਿ ਉਹ ਖੁਦਾ ਸੱਚਾ ਜ਼ਿੰਦਾ ਖੁਦਾ ਆ ਉਹ ਖੁਦਾ ਦੀ ਅਸੀਂ ਤਾਰੀਫ ਕਰਦੇ ਹਾਂ ਕਿ ਖੁਦਾ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਸਾਰੇ ਹਫ਼ਤੇ ਲਈ ਅੱਜ ਦਿਨ ਦੇ ਲਈ ਸਹੀ ਸਲਾਮਤ ਰੱਖਿਆ ਕਿ ਇੱਕ ਵਾਰੀ ਫਿਰ ਅਸੀਂ ਉਹਦੀ ਤਾਰੀਫ ਵਿੱਚ ਰਹੀਏ ਉਹਦਾ ਨਾਂ ਲੈ ਸਕੀਏ ਇਨ ਦਾ ਨੇਮ ਆਫ ਜੀਸਸ ਆਮੇਨ 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 ਪੌਲ ਜੀ ਬਹੁਤ ਹੀ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਭਰਾ ਆ ਰਿਹਾ ਹੈਗਾ ਤਾਂ ਮੈਨੂੰ ਵਾਕਿਆ ਦੇ ਵਿੱਚ ਬੜੀ ਖੁਸ਼ੀ ਹੋਈ ਬਹੁਤ ਥੈਂਕ ਯੂ ਬਹੁਤ ਤੁਹਾਡੀ ਮਿਹਰਬਾਨੀ ਜਿਸ ਸਾਨੂੰ ਇਨਵਾਈਟ ਕੀਤਾ ਪੌਲ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਇੱਦਾਂ ਕਰਨਾ ਕਿ ਆਪਾਂ ਥੋੜ੍ਹਾ ਕੁ ਰੀਵਾਈਂਡ ਕਰੀਏ ਔਰ ਆਪਾਂ ਵਾਪਸ ਚੱਲੀਏ ਕਿ ਤੁਹਾਡੀ ਪੈਦਾਇਸ਼ ਕਿੱਥੇ ਹੋਈ ਤੁਹਾਡਾ ਬਚਪਨ ਕਿਸ ਤਰ੍ਹਾਂ ਦਾ ਸੀ ਕਿਸ ਘਰਾਨੇ ਦੇ ਵਿੱਚ ਤੁਸੀਂ ਪੈਦਾ ਹੋਏ ਔਰ ਤੁਹਾਡਾ ਹੌਲੀ ਹੌਲੀ ਉਹ ਟ੍ਰਾਂਜੀਸ਼ਨ UK ਦੇ ਵਿੱਚ ਆਇਆ ਟਾਈਮ ਆਪਣਾ ਲਗਾਇਓ ਪਰ ਦੱਸੋ ਸਾਨੂੰ ਇਹ ਕਿੱਦਾਂ ਹੋਇਆ ਹਾਂਜੀ ਅਸੀਂ ਮੇਰੇ ਕਿ ਮੈਂ ਫੋਲੀਆਲ ਦੇ ਵਿੱਚ ਪੈਦਾ ਹੋਇਆ ਸੀਗਾ ਮੇਰੇ ਮਾਪੇ ਮਿਸਟਰ ਸਾਮੀਓ ਸਿੱਬੋ ਮੇਰੀ ਮਾਮ ਦਾ ਨਾਮ ਸੀਗਾ ਅਤੇ ਮੇਰੇ ਡੈਡ ਤਾਂ ਮੋਸਟਲੀ ਸਿੰਗਾਪੁਰ ਵਿੱਚ ਹੀ ਰਹੇ ਉਹ ਤਾਂ ਸਿੰਗਾਪੁਰ 'ਚ ਹੀ ਰਹੇ ਮੋਸਟ ਟਾਈਮ ਤਾਂ ਅਸੀਂ ਮੇਰੇ ਕਿ ਬੜੇ ਰੱਬ ਦਾ ਸ਼ੁਕਰ ਆ ਉਹਦੀ ਤਾਰੀਫ ਮੈਂ ਕਰਨਾ ਚਾਹੁੰਦਾ ਵਾ ਆਪਣੇ ਖੁਦਾ ਦੀ ਉਹਨਾਂ ਸਾਨੂੰ ਇੰਗਲੈਂਡ 'ਚ ਸੱਦਿਆ ਇੰਡੀਆ ਦੇ ਵਿੱਚ ਜਦੋਂ ਵੀ ਸੀਗੇ ਤਾਂ ਖੁਦਾ ਦੀ ਤਾਰੀਫ ਕਰੀਏ ਉਹ ਸਾਨੂੰ ਖਾਣ ਪੀਣ ਲਈ ਸੋਹਣਾ ਰਿਹਾ ਅਤੇ ਉੱਥੇ ਵੀ ਸਕੂਲ ਵੀ ਜਾਂਦੇ ਸੀਗੇ ਚਰਚ ਵੀ ਜਾਂਦੇ ਸੀਗੇ ਤਾਂ ਮੇਰੇ ਕਿ ਅਸੀਂ ਮੇਰੇ ਕਿ ਖੁਦਾ ਸਾਡੇ ਡੈਡ ਨੇ ਕੰਮ ਆਉਂਦੇ ਸੀਗੇ 2-3 ਸਾਲ ਬਾਅਦ ਉਹ ਆ ਜਾਂਦਾ ਸੀ ਸਿੰਗਾਪੁਰ ਤੋਂ ਵੀ ਸਿੰਗਾਪੁਰ ਬਹੁਤ ਚਿਰ ਰਹੇ ਮਤਲਬ ਵੀ ਉਹ ਸਿੰਗਾਪੁਰ ਚਲੇ ਜਾਂਦੇ ਸੀਗੇ ਔਰ 3 ਸਾਲਾਂ ਬਾਅਦ ਮੁੜ ਕੇ ਆਉਂਦੇ ਸੀਗੇ ਕਿੰਨੀ ਕੁਰਬਾਨੀ ਦਿੱਤੀ ਬਈ ਹਾਂਜੀ ਬਿਕੋਜ਼ ਮੈਂ ਤਾਂ ਆਪਣੀ ਮਾਮ ਨੂੰ ਬੜੀ ਸਮਝੂੰਗਾ ਕਿ ਇੱਕ ਵਾਈਫ ਇਕੱਲੀ ਰਹਿਣਾ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੁੱਕ ਆਫਟ ਕਰਨੀ ਐਂਡ ਫਿਰ ਉਹਨਾਂ ਨੂੰ ਪੜ੍ਹਾਇਆ ਲਿਖਾਇਆ ਸਾਰਿਆਂ ਨੂੰ ਮੇਰੇ ਕਿ ਅਸੀਂ 5 ਭਰਾ ਹਾਂ ਇੱਕ ਸਾਡੀ ਭੈਣ ਆ ਰੱਬ ਦਾ ਸ਼ੁਕਰ ਆ ਕਿ ਬੜੀ ਫੈਮਿਲੀ ਐਂਡ ਸਾਰੇ ਮੇਰੇ ਕਿ ਇੱਥੇ ਇੰਗਲੈਂਡ ਦੇ ਵਿੱਚ ਐਟ ਦ ਮੋਮੈਂਟ ਸਾਰੇ ਅਸੀਂ ਇਕੱਠੇ ਰਹਿੰਦੇ ਹਾਂ ਅਸੀਂ ਇੱਕ ਘਰ ਦੇ ਵਿੱਚ ਵੀ ਰਹੇ ਹਾਂ ਅਤੇ ਤੁਸੀਂ ਫੋਲੀਵਾਲ ਜਦੋਂ ਸੀਗੇ ਤਾਂ ਤੁਸੀਂ ਪੜ੍ਹਾਈ ਲਿਖਾਈ ਉੱਥੇ ਫੋਲੀਵਾਲ ਦੇ ਵਿੱਚ ਸੀ ਹਾਂ ਮੈਂ ਥੋੜ੍ਹੇ ਚਿਰ ਸਕੂਲ ਗਿਆ ਉੱਥੇ ਮੈਂ ਥੋੜ੍ਹੇ ਚਿਰ ਸਕੂਲ ਉੱਥੇ ਗਿਆ ਏ ਆਪਣੇ ਪਿੰਡ ਦੇ ਵਿੱਚ ਹੀ ਤੁਹਾਨੂੰ ਕਿੱਦਾਂ ਫੀਲਿੰਗ ਕਿੱਦਾਂ ਦੀ ਆਈ ਕਿ ਜਦੋਂ ਘਰ ਵਾਲੇ ਕਹਿ ਰਹੇ ਕਿ ਤੁਸੀਂ ਇੰਗਲੈਂਡ ਜਾ ਰਹੇ ਹੈਗੇ ਉਸ ਟਾਈਮ ਪਾਸੀ ਅਸੀਂ ਬਹੁਤ ਛੋਟੇ ਸੀਗੇ ਮੇਰੇ ਕਿ ਇੰਨਾ ਕੋਈ ਸੋਚਦੇ ਸੀ ਜਿੱਦਾਂ ਮਾਮ ਨੇ ਕਹਿੰਦੇ ਸੀ ਉੱਦਾਂ ਹੀ ਮੇਰੇ ਕਿ ਕਰਦੇ ਸੀਗੇ ਇਹਨਾਂ ਮੇਰੇ ਕਿ ਇਹ ਤਾਂ ਮੇਰੇ ਕਿ ਲੇਟਰ ਔਨ ਵੀ ਬੰਦਾ ਸੋਚਦਾ ਜਦੋਂ ਵੱਡਾ ਹੁੰਦਾ ਉੱਥੇ ਤਾਂ ਅਸੀਂ ਐਕਸਾਈਟਿਡ ਹੀ ਸੀਗੇ ਕਿ ਵੀ ਅਸੀਂ ਜਾ ਰਹੇ ਹਾਂ ਪਤਾ ਕਿੱਥੇ ਜਾ ਰਹੇ ਹਾਂ ਜਾ ਰਹੇ ਹਾਂ ਕਿਤੇ ਹੈ ਨਾ ਤਾਂ ਪੌਲ ਇਹ ਵੀ ਹੈ ਕਿ ਜਦੋਂ ਤੁਸੀਂ ਫੁੱਲੀਵਾਲ ਸੀਗੇ ਤਾਂ ਉਸ ਵੇਲੇ ਤੁਹਾਡਾ ਚਰਚ ਉਦੋਂ ਵੀ ਸੀਗਾ ਉੱਥੇ ਹਾਂਜੀ ਸਾਡੇ ਪਿੰਡ ਵਿੱਚ 3 ਚਰਚ ਆ ਸਾਡੇ 3 ਚਰਚ ਸਾਡੇ ਉੱਥੇ ਮੇਰੇ ਕੋਲ ਚਰਚ ਸੀਗਾ
ਐਕਚੁਅਲੀ ਸਾਡੇ ਭਾਈ ਸਾਹਿਬ ਉੱਥੇ ਗੁਲਾਮ ਕਾਦਰ ਸੀ ਪਹਿਲਾਂ, ਰਾਈਟ? ਬਿਸ਼ਪ ਗੁਲਾਮ ਬਿਸ਼ਪ, ਹਾਂਜੀ, ਉਹ ਬਿਸ਼ਪ ਬਣੇ, ਹਾਂਜੀ ਹਾਂਜੀ. ਤਾਂ ਉਸ ਤੋਂ ਬਾਅਦ ਫਿਰ ਆਕਸਫੋਰਡ ਵਿੱਚ ਹੈਗੇ ਆ ਭਾਈ ਸਾਹਿਬ ਰਹਿੰਦੇ ਆ ਬਲਵੰਤ ਸਿੰਘ, ਉਹ ਮੇਰੇ ਕਿ ਸਾਡੀ ਐਕਚੁਅਲੀ ਘਰ ਦੇ ਸਾਹਮਣੇ ਰਹਿੰਦੇ ਸੀਗੇ, ਤਾਂ ਉਹਨਾਂ ਦੇ ਨਾਲ ਅਸੀਂ ਚਰਚ ਜਾਂਦੇ ਹੁੰਦੇ ਸੀ. ਅੱਛਾ ਅੱਛਾ. ਹਾਂਜੀ. ਅਤੇ ਮੇਰੇ ਕਿ ਅਸੀਂ ਮੇਰੇ ਕਿ ਸ਼ੁਰੂ ਤੋਂ ਖੁਦਾ ਦੇ ਵਿੱਚ ਰਹੇ ਹਾਂ. ਬੜੀ ਖੁਦਾ ਦੀ ਬਰਕਤ ਪਾਈ ਆ ਖੁਦਾ ਨੇ ਕਿ ਮੇਰੇ ਕਿ ਇੱਥੇ ਇੰਗਲੈਂਡ 'ਚ ਵੀ ਲਿਆਂਦਾ, ਘਰ ਦੇ ਵਿੱਚ ਵੀ ਖਾਣ ਪੀਣ ਦੀ ਕੋਈ ਇੰਨੀ ਕਮੀ ਨਹੀਂ ਸੀਗੀ. ਅਤੇ ਜਦੋਂ ਤੁਸੀਂ ਇੱਥੇ ਇੰਗਲੈਂਡ ਦੇ 'ਚ ਆਏ ਤਾਂ ਤੁਹਾਨੂੰ ਕਿੱਦਾਂ ਲੱਗਾ? ਅਗੇਨ ਮੇਰੇ ਪਹਿਲੀ ਉਹ ਤਾਂ ਇੱਦਾਂ ਲੱਗਾ ਕਿ ਵੀ ਜਿੱਦਾਂ ਅਸੀਂ ਤਾਂ ਮੇਰੇ ਕਿ ਜਿੱਦਾਂ ਵੀ ਨਿਆਣੇ ਸੀਗੇ, ਵੀ ਜਿੱਦਾਂ ਵੀ ਬੀਬੀ ਕਹਿਣਾ ਉੱਦਣ ਸੀਗੇ. ਪਰ ਮੈਂ ਬਹੁਤ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਸੋਹਣੀ ਕੰਟਰੀ 'ਚ ਆਏ ਹੋਏ ਹਾਂ. ਰੱਬ ਨੇ ਸਾਡੇ 'ਤੇ ਦਇਆ ਕੀਤੀ ਕਿ ਮੇਰੇ ਕਿ ਸਾਨੂੰ ਸੋਹਣੀ ਕੰਟਰੀ ਵਿੱਚ ਲੈ ਆਉਂਦਾ, ਅਤੇ ਅਸੀਂ ਮੇਰੇ ਕਿ ਇੱਥੇ ਆਪਣੀ ਪੜ੍ਹਾਈ ਕੀਤੀ ਆ, ਇੱਥੇ ਸਾਰਾ ਕੁਛ ਕੀਤਾ. ਮੇਰੇ ਕਿ ਬੜਾ, ਮੈਂ ਤਾਂ ਰੱਬ ਦਾ ਸ਼ੁਕਰਗੁਜ਼ਾਰ ਹਾਂ. ਸੋ ਤੁਸੀਂ ਬਰਮਿੰਘਮ ਸਿੱਧੇ ਆਏ? ਅਸੀਂ ਨਹੀਂ, ਪਹਿਲਾਂ ਅਸੀਂ ਆਕਸਫੋਰਡ ਆਏ ਸੀਗੇ. ਅਸੀਂ ਪਹਿਲਾਂ ਆਕਸਫੋਰਡ ਆਏ ਸੀਗੇ. ਸਾਡਾ ਡੈਡ ਏਅਰਫੋਰਸ ਦੇ ਵਿੱਚ ਕੰਮ ਕਰਦਾ ਸੀਗਾ, ਉਹ ਬਰਾਜ ਨੋਟਨ ਦੇ ਵਿੱਚ. ਤਾਂ ਉੱਥੇ ਅਸੀਂ ਰਹੇ ਹਾਂ, 6 ਮੰਥਸ ਰਹੇ ਹਾਂ ਉੱਥੇ ਅਸੀਂ, ਹੈ ਨਾ. ਉਸ ਤੋਂ ਬਾਅਦ ਫਿਰ ਅਸੀਂ ਬਰਮਿੰਘਮ ਆਏ ਹਾਂ. ਅੱਛਾ. ਉਦੋਂ ਉਸ ਵੇਲੇ ਇੰਗਲਿਸ਼ ਵੀ ਨਹੀਂ ਆਉਂਦੀ, ਪਰ ਇਹਦਾ ਮਤਲਬ ਵੀ ਬਜ਼ੁਰਗਾਂ ਨੇ ਕਾਫੀ ਕੁਰਬਾਨੀ ਦਿੱਤੀ. ਹਾਂਜੀ. ਇਹ ਮੇਰੇ ਕਿ ਬਹੁਤ, ਮੇਰੇ ਕਿ ਚੀਜ਼ 'ਚ ਘਰ ਲੈਣਾ ਬੜਾ ਮੁਸ਼ਕਲ ਸੀਗਾ, ਰਹਿਣਾ ਪੈਣਾ ਬੜਾ ਮੁਸ਼ਕਲ ਸੀਗਾ. ਛੋਟੇ ਛੋਟੇ ਬੱਚੇ ਹੋਣੇ ਤੁਸੀਂ? ਛੋਟੇ ਸੀਗੇ, ਹਾਂਜੀ, ਸਾਰੇ. ਸੋ ਤੁਸੀਂ ਬਰਮਿੰਘਮ ਦੇ ਵਿੱਚ ਆ ਕੇ ਫਿਰ ਡੈਡੀ ਕੰਮ ਕਰਦਾ ਹੁੰਦਾ ਸੀ ਤਾਂ ਮੰਮ ਤੁਹਾਡੇ ਲਈ ਦੇਖਭਾਲ ਕਰ? ਹਾਂਜੀ ਹਾਂਜੀ. ਉਦੋਂ ਮੇਰੇ ਕਿ ਲੇਡੀਜ਼ ਬਹੁਤ ਇਕੱਠੀ ਕੰਮ ਕਰਦੀਆਂ ਸੀਗੀਆਂ, ਜਿਹਨਾਂ ਮੇਰੇ ਕਿ ਡੈਡ ਕੰਮ ਕਰਦਾ ਸੀਗਾ. ਅਸੀਂ ਮੇਰੇ ਕਿ ਗੁਜ਼ਾਰਾ ਕਰਦੇ, ਗੁਜ਼ਾਰਾ ਸੋਹਣਾ ਸੀਗਾ, ਚੱਲੀ ਜਾਂਦਾ ਕਿ ਮੇਰੇ ਕਿ ਸੀਗਾ ਕਿ ਇੱਥੇ ਮੇਰੇ ਕਿ ਰਹਿਣ ਦੇ ਵਿੱਚ ਇੰਗਲੈਂਡ ਦੇ ਵਿੱਚ ਜਿੰਨੇ ਵੀ ਸੀਗੇ ਲੋਕ ਰਹਿੰਦੇ, ਬੜੀ ਮੁਸ਼ਕਲਾਂ ਕੀਤੀਆਂ ਲੋਕਾਂ ਨੇ ਸਾਰਿਆਂ ਨੇ. ਉਸ ਵੇਲੇ ਕਿਰਾਏ 'ਤੇ ਰਹਿੰਦੇ ਹੁੰਦੇ ਸੀ? ਕਿਰਾਏ 'ਤੇ ਸੀਗਾ. ਘਰ ਤਾਂ ਆਪਣਾ ਬੜਾ ਮੁਸ਼ਕਲ ਲੈਣਾ ਸੀ ਉਸ ਟਾਈਮ ਦੇ ਵਿੱਚ, ਕਿ ਕੰਮ ਕਾਰ ਵੀ ਰਹਿੰਦੇ ਸੀਗੇ, ਐਜੂਕੇਸ਼ਨ ਵੀ ਉਸ ਬੰਦਿਆਂ ਦੇ ਕੋਲ ਬਹੁਤ ਥੋੜ੍ਹੀ ਸੀਗੀ ਕਿ ਮੇਰੇ ਕਿ ਉਹ ਕੰਮ ਚੰਗਾ ਜਿਹੜਾ ਨਹੀਂ ਮਿਲਦਾ ਸੀਗਾ, ਅਤੇ ਲੋਕਾਂ ਨੇ ਪਏ ਆ. ਪਰ ਇਹ ਆ ਕਿ ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਕਿ ਮੇਰੇ ਕਿ ਆਪਣੇ ਬੱਚਿਆਂ ਨੂੰ ਲਿਆ ਕੇ ਇੱਥੇ ਲਿਆ ਕੇ ਕੰਟਰੀ 'ਚ ਪੜ੍ਹਾਇਆ ਲਿਖਾਇਆ, ਅਤੇ ਮੇਰੇ ਕਿ ਗਾਂ ਬੱਚਿਆਂ ਨੇ ਬਹੁਤ ਤਰੱਕੀ ਕਰਕੇ ਗਾਂ ਵਧੇ ਆ. ਠੀਕ ਹੈ. ਤੁਸੀਂ ਆ ਗਏ ਔਰ ਬਰਮਿੰਘਮ ਆ ਗਏ, ਤੁਸੀਂ ਆਪਣਾ ਜਿੱਦਾਂ ਕਹਿੰਦੇ ਘਰ ਦੇ ਵਿੱਚ ਵੀ ਰਹਿਣ ਲੱਗ ਪਏ ਹੈਗੇ, ਕਿਰਾਏ 'ਤੇ ਵੀ ਸੀਗਾ, ਤਾਂ ਡੈਡੀ ਕੰਮ 'ਤੇ ਜਾਂਦਾ ਹੁੰਦਾ ਸੀ. ਤਾਂ ਦੱਸੋ ਮੈਨੂੰ ਕਿ ਈਵਨ ਐਟ ਦੈਟ ਟਾਈਮ ਉਦੋਂ ਤੁਹਾਡਾ ਚਰਚ ਇੱਥੇ ਹੁੰਦਾ ਸੀਗਾ ਬਰਮਿੰਘਮ ਦੇ ਵਿੱਚ? ਅਸੀਂ ਸੇਂਟ ਜੇਮਸ 'ਚੋਂ ਸ਼ੁਰੂ ਹੋਏ ਹਾਂ. ਅੱਛਾ. ਸੇਂਟ ਜੇਮਸ 'ਚ ਕਾਕਿਸ ਰੋਡ 'ਤੇ ਆ, ਅਸੀਂ ਉੱਥੋਂ ਸ਼ੁਰੂ ਹੋਏ ਹਾਂ. ਅਤੇ ਉੱਥੇ ਮੇਰੇ ਕਿ ਸਾਡੀ ਕਾਫੀ ਲੋਕ ਸੀਗੇ ਜਿਹੜੇ ਇੱਥੇ ਸੀਗੇ, ਗੜੇ ਤੋਂ, ਸੰਸਾਰਪੁਰ ਤੋਂ, ਮੇਰੇ ਕਿ ਇੱਥੇ ਲੋਕ ਇਲਾਕੇ ਜਿਹੜੇ ਪਿੰਡ ਸੀਗੇ, ਤਾਂ ਬੜੀ ਖੁਸ਼ੀ ਹੁੰਦੀ ਸੀਗੀ ਉਹਨਾਂ ਨੂੰ ਦੇਖ ਕੇ ਮਿਲ ਕੇ ਕਿ ਸਾਡੇ ਪਿੰਡਾਂ ਦੇ ਲਾਗੇ ਪਿੰਡਾਂ ਦੇ ਲੋਕ ਹੈਗੇ ਨਾ. ਅਤੇ ਮੇਰੇ ਕਿ ਅਸੀਂ ਮੇਰੇ ਕਿ ਕਾਫੀ ਉੱਥੇ ਟਾਈਮ ਗੁਜ਼ਾਰਿਆ, ਅਤੇ ਬੜੀ ਬੜੀ ਮੇਰੇ ਕਿ ਉੱਥੇ ਬਰਕਤ ਪਾਈ, ਅਤੇ ਮੇਰੇ ਕਿ ਖੁਦਾ ਦੇ ਤਾਰੀਫ ਉੱਥੇ ਹੋਈ ਆ ਕਿ ਖੁਦਾ ਨੂੰ ਜਾਣਦੇ ਸੀਗੇ, ਅਸੀਂ ਖੁਦਾ ਨੂੰ ਜਾਣਦੇ ਸੀਗੇ ਕਿ ਖੁਦਾ ਜਿਹੜਾ ਸਾਡਾ ਮਹਾਨ ਆ, ਹੈ ਨਾ, ਉਹਨੇ ਸਾਡੀ ਬੜੀ ਮਦਦ ਕੀਤੀ. ਬੋਲ ਜੀ, ਤੁਹਾਡੇ ਫੈਮਿਲੀ ਵੈਲਿਊਜ਼ ਜੋ ਕੁਛ ਤੁਹਾਨੂੰ ਮਾਂ ਔਰ ਬਾਪ ਨੇ ਤੁਹਾਨੂੰ ਸਿਖਾਇਆ ਕਿ ਆਪਣੇ ਭੈਣ ਭਰਾਵਾਂ ਨਾਲ ਪਿਆਰ ਕਰਨਾ, ਜਾਂ ਤੁਸੀਂ ਹਫ਼ਤੇ ਦੇ ਵਿੱਚ ਚਰਚ ਜ਼ਰੂਰ ਜਾਣਾ ਹੈਗਾ, ਤਾਂ ਇਹ ਜਿਹੜੇ ਫੈਮਿਲੀ ਵੈਲਿਊਜ਼ ਸੀਗੇ ਤੁਸੀਂ ਆਪਣੇ ਗਾਂ ਬੱਚਿਆਂ ਦੇ ਵਿੱਚ ਵੀ ਮੇਰਾ ਖਿਆਲ ਤੁਸੀਂ ਸਿਖਾਏ ਹੋਣ? ਹਾਂਜੀ. ਅਸੀਂ ਮੇਰੇ ਕਿ ਬੜੀ ਵੱਡੀ ਫੈਮਿਲੀ ਸੀਗੀ. ਸਾਡਾ ਏਮ ਸ਼ੁਰੂ ਤੋਂ ਡੈਡ ਦਾ ਇਹ ਖੁਆਇਸ਼ ਇਹੀ ਸੀਗੀ ਕਿ ਫੈਮਿਲੀ ਸਾਰੀ ਇਕੱਠੀ ਰਹੇ. ਅਸੀਂ ਬੜੀ ਮੁਸ਼ਕਲਾਂ ਦੇ ਨਾਲ, ਮੇਰੇ ਵੱਡਾ ਬ੍ਰਦਰ ਪਤਰਸ ਅਤੇ ਮੈਂ, ਅਸੀਂ ਮੇਰੇ ਕਿ ਰਾਤਾਂ 'ਤੇ, ਉਹ ਮੈਂ ਰਾਤਾਂ 'ਤੇ ਕੰਮ ਕਰਦਾ ਹੁੰਦਾ ਸੀਗਾ ਅਤੇ ਉਹ ਦਿਨਾਂ 'ਤੇ ਕੰਮ ਕਰਦਾ ਸੀ. ਅਸੀਂ ਕਰਕੇ ਇਸੇ ਕਰ ਕੀਤਾ ਕਿ ਅਸੀਂ ਵੱਡਾ ਘਰ ਲੈ ਸਕੀਏ. ਅਸੀਂ ਇੱਕ ਵੱਡਾ ਘਰ ਲਈਏ ਜਿੱਥੇ ਸਾਰੀ ਫੈਮਿਲੀ ਇਕੱਠੇ ਰਹਿ ਸਕੀਏ. ਅਸੀਂ ਸਾਰੀ ਫੈਮਿਲੀ ਇਕੱਠੇ ਰਹੇ ਹਾਂ. ਬੜੀ ਖੁਦਾ ਦੀ ਬਰਕਤ ਸੀਗੀ ਕਿ ਕੋਈ ਇੱਦਾਂ ਦੀ ਗੱਲ ਨਹੀਂ ਹੋਈ. ਜਿੱਦਾਂ ਦਾ ਅਸੀਂ ਸ਼ਾਦੀ ਵੀ ਕੀਤੀਆਂ ਉੱਥੇ ਘਰ ਦੇ ਵਿੱਚ, ਹੌਲੀ ਰੋਡ 'ਤੇ, 25 ਨੰਬਰ ਹੌਲੀ ਰੋਡ 'ਤੇ ਅਸੀਂ ਰਹੇ ਹਾਂ. ਅਤੇ ਤੁਹਾਡੇ ਘਰ ਹੁੰਦਾ ਸੀ? ਉਹ ਸਾਡਾ ਘਰ ਪਹਿਲਾਂ ਘਰ ਸੀ, ਪਹਿਲਾਂ ਘਰ ਅਸੀਂ ਖਰੀਦਿਆ ਸੀਗਾ. ਅੱਛਾ. ਸੋ ਤੁਸੀਂ ਇਹ ਕਹਿ ਰਹੇ ਕਿ ਦਿਨ ਰਾਤ ਨੂੰ ਤੁਸੀਂ ਕੰਮ ਕਰਦੇ ਹੁੰਦੇ ਸੀ, ਦਿਨ ਨੂੰ ਭਾਜੀ ਕੰਮ ਕਰਦਾ ਹੁੰਦਾ ਸੀ, ਡੈਡੀ ਵੀ ਕੰਮ ਕਰਦਾ ਸੀਗਾ. ਸੋ ਇਨ ਅਦਰ ਵਰਡਸ, ਉਦੋਂ ਤੁਹਾਡੀ ਇਹ ਪ੍ਰੋਸੈਸ ਸੀਗੀ ਕਿ ਅਸੀਂ ਪੈਸੇ ਕਮਾ ਕੇ ਆਪਣਾ ਘਰ ਲੈਣਾ? ਹਾਂਜੀ. ਅਸੀਂ ਡੈਡੀ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ, ਦੋਨਾਂ ਜਣਿਆਂ ਨੇ. ਅਸੀਂ ਤੁਹਾਡੇ ਕੋਲੋਂ ਖਾਣਾ ਸਾਰਾ ਕੁਝ ਤੁਸੀਂ ਕਰਨਾ, ਅਸੀਂ ਇਹ ਪੈਸੇ ਸੇਵ ਕਰਕੇ ਘਰ ਲੈਣਾ. ਅਸੀਂ ਉਸ ਟਾਈਮ 'ਤੇ 8-9 ਹਜ਼ਾਰ ਦਾ ਘਰ ਬਹੁਤ ਮੁਸ਼ਕਲ ਹੁੰਦਾ ਸੀਗਾ ਲੈਣਾ. ਲੋਕ ਉਸ ਆਮ 2-3 ਹਜ਼ਾਰ ਦਾ ਘਰ ਲੈਂਦੇ ਸੀਗੇ. ਅਸੀਂ
4 bedroom ਕਿਉਂਕਿ ਅਸੀਂ ਕਹਿੰਦੇ ਸੀ ਅਸੀਂ ਫੈਮਿਲੀ ਸਾਰੀ ਇਕੱਠੇ ਰਹੀਏ ਸਾਡਾ ਏਮ ਇਹ ਸੀ ਯੂਨਿਟੀ ਦੇ ਵਿੱਚ ਰਹਿਣਾ ਚਾਹੁੰਦੇ ਸੀ ਹਾਂਜੀ ਖੁਦਾ ਦਾ ਵਚਨ ਵੀ ਇਹੀ ਦੱਸਦਾ ਹੈਗਾ ਵੇ ਬ੍ਰਦਰਸ ਐਂਡ ਸਿਸਟਰਸ ਡਵੈਲ ਟੁਗੇਦਰ ਇਨ ਯੂਨਿਟੀ ਗੋਡ ਸ਼ੂਰਲੀ ਕਮੈਂਡਸ ਅ ਬਲੇਸਿੰਗ ਆਮੇਨ ਔਰ ਦੇਖੋ ਕਿ ਉਹ ਤਾਲੀਮ ਜਿਹੜੀ ਦਿੱਤੀ ਹੋਈ ਸੀਗੀ ਤੁਸੀਂ ਇਕੱਠੇ ਰਹੇ ਇਕੱਠੇ ਕੰਮ ਕੀਤਾ ਔਰ ਦੋ ਭਰਾਵਾਂ ਨੇ ਇਹ ਸਲਾਹ ਬਣਾਈ ਕਿ ਅਸੀਂ ਮਿਹਨਤ ਕਰਕੇ ਅਸੀਂ ਆਪਣਾ ਘਰ ਲੈਣਾ ਹੈਗਾ ਤਾਂ ਖੁਦਾ ਨੇ ਬਰਕਤ ਦਿੱਤੀ ਖੁਦਾ ਨੇ ਬਰਕਤ ਦਿੱਤੀ ਅਸੀਂ ਮੇਰੇ ਕਿ ਉਸ ਘਰ ਦੇ ਵਿੱਚ ਮੇਰੀ ਵੀ ਸ਼ਾਦੀ ਉੱਥੇ ਹੋਈ ਨਿਕਲਸਨ ਦੀ ਵੀ ਉੱਥੇ ਸ਼ਾਦੀ ਹੋਈ ਬੱਚੇ ਉੱਥੇ ਰੱਬ ਨੇ ਖੁਦਾ ਨੇ ਬੱਚੇ ਉੱਥੇ ਦਿੱਤੇ ਅਸੀਂ ਉੱਥੇ ਇਕੱਠੇ ਰਹਿੰਦੇ ਰਹੇ ਤਾਂ ਓਬਵੀਅਸਲੀ ਟਾਈਮ ਦੇ ਨਾਲ ਆਪਣਾ ਆਪਣਾ ਫਿਰ ਕਰ ਲੈਣਾ ਪਿਆ ਅੱਛਾ ਤੁਸੀਂ ਸ਼ਾਦੀ ਦੀ ਗੱਲ ਕੀਤੀ ਤਾਂ ਫਿਰ ਮੈਨੂੰ ਦੱਸੋ ਕਿ ਤੁਸੀਂ ਤੁਹਾਡੀ ਸ਼ਾਦੀ ਕਿੱਦਾਂ ਹੋਈ ਸ਼ਾਦੀ ਮੇਰੀ ਇੱਦਾਂ ਹੋਈ ਕਿ ਭਾਅ ਜੀ ਮੇਰੇ ਕਿ ਮੇਰਾ ਜਿਹੜਾ ਬੜਾ ਸਾਲਾ ਭਾਅ ਜੀ ਹੈਗੇ ਭਾਅ ਜੀ ਕਾਕੂ ਆਇਜ਼ਕ ਫਰਾਂਸ ਉਹ ਬਹੁਤ ਫਰੈਂਡ ਸੀ ਪੱਕੇ ਅਤੇ ਉੱਧਰੋਂ ਡੈਡ ਵੀ ਮੇਰੇ ਫਾਦਰ ਇਨ ਲੋ ਦੇ ਨਾਲ ਸਿੰਗਾਪੁਰ ਤੋਂ ਜਾਣਦੇ ਸੀਗੇ ਰਹਿੰਦੇ ਸੀਗੇ ਇੰਡੀਆ 'ਚ ਵੀ ਸਾਡਾ ਪਿੰਡ ਜਿਹੜਾ ਸੰਸਾਰਪੁਰ ਅਤੇ ਫੁੱਲੀਆਲ ਨਾਲ ਵਾਲੀ ਆ ਇਹ ਲੋਕ ਜਾਣਦੇ ਆ ਉਹਨਾਂ ਨੂੰ ਪਤਾ ਹੀ ਆ ਸੋ ਮੇਰੇ ਕਿ ਫੈਮਿਲੀਆਂ ਪਹਿਲਾਂ ਤੋਂ ਜਾਣਦੀਆਂ ਸੀ ਇੱਕ ਦਿਨ ਸੋ ਮੇਰੇ ਕਿ ਜਿਹੜੀ ਸੀ ਅਰੇਂਜਮੈਂਟ ਕਰਨੀ ਬੜੀ ਕੋਈ ਈਜ਼ੀ ਸਿਖਾਈ ਦਾ ਕੋਈ ਵੱਡਾ ਨਹੀਂ ਸੀ ਕੰਮ ਸੋ ਫੈਮਿਲੀਆਂ ਇੱਕ ਦਿਨ ਜਾਣਦੀਆਂ ਸੀਗੀਆਂ ਐਂਡ ਇਹ ਮੇਰੇ ਕਿ ਇਸ ਥਰੂ ਸਾਡੀ ਅਰੇਂਜ ਮੈਰਿਜ ਹੋਈ ਸੀਗੀ ਠੀਕ ਹੈ ਸੋ ਜਦੋਂ ਤੁਸੀਂ ਪਹਿਲੀ ਵਾਰੀ ਆਪਣੀ ਵਾਈਫ ਟੂ ਬੀ ਨੂੰ ਦੇਖਿਆ ਤਾਂ ਤੁਹਾਡੇ ਪਸੰਦ ਉਹਨਾਂ ਦੇ ਪਸੰਦ ਸਭ ਕੁਝ ਹਾਂਜੀ ਹੈਪੀ ਹੈਪੀ ਸੋ ਸਵਿੰਡਨ ਦੇ ਵਿੱਚ ਜੋਸਵੀਨ ਉਹਨਾਂ ਦਾ ਨਾਮ ਸੀਗਾ ਜੋਸਵੀਨ ਉੱਥੇ ਰਹਿੰਦੇ ਹੁੰਦੇ ਸੀਗੇ ਔਰ ਸੰਸਾਰਪੁਰ ਤੋਂ ਸੀ ਔਰ ਤੁਸੀਂ ਫੁੱਲੜੀਵਾਲ ਤੋਂ ਸੀਗੇ ਤਾਂ ਫਿਰ ਤੁਹਾਡਾ ਮੇਲ ਮਿਲਾਪ ਹੋ ਗਿਆ ਐਂਡ ਆਲਸੋ ਤੁਸੀਂ ਇਹ ਦੱਸ ਰਹੇ ਕਿ ਉਧਰੋਂ ਭਾ ਪਤਰਸ ਔਰ ਭਾ ਆਇਜ਼ਕ ਇਹ ਦੋਨੇ ਬੈਸਟ ਫਰੈਂਡ ਸੀਗੇ ਸੋ ਇਹ ਬੈਸਟ ਫਰੈਂਡਸ ਹੋਣ ਦਾ ਕਾਰਨ ਦਾ ਕਰਕੇ ਕਿ ਉਹਨਾਂ ਨੇ ਰਿਸ਼ਤਾ ਇੰਟਰੋਡਿਊਸ ਕਰ ਦਿੱਤਾ ਦੈਨ ਯੂ ਗੋਟ ਮੈਰਿਡ ਠੀਕ ਹੈ ਸੋ ਫੇ ਕੀ ਹੋਇਆ ਫਿਰ ਉਸ ਤੋਂ ਬਾਅਦ ਮੇਰੇ ਕਿ ਜਦੋਂ ਸ਼ਾਦੀ ਹੋਈ ਮੇਰੇ ਕਿ ਖੁਦਾ ਨੇ ਬੱਚੇ ਦਿੱਤੇ ਇਹਨਾਂ ਨੂੰ ਮੇਰੇ ਕਿ ਮੈਂ ਵੀ ਕੰਮ ਕਰਦਾ ਸੀਗਾ ਮੇਰੇ ਕਿ ਧਿਆਨ ਮੈਂ ਇੰਜੀਨੀਅਰਿੰਗ ਕੀਤੀ ਹੋਈ ਆ ਮੈਂ ਸਿਟਿੰਗ ਗੇਲਸ ਅਤੇ ਅਪ੍ਰੈਂਟਿਸ਼ਿਪ ਕੀਤੀ ਸੀ ਮੈਂ ਕੰਮ ਕਰਦਾ ਸੀਗਾ ਅਤੇ ਮੇਰੀ ਖੁਆਇਸ਼ ਇਹੀ ਸੀ ਕਿ ਮੈਂ ਆਪਣਾ ਕੋਈ ਕੰਮ ਕਰਨਾ ਚਾਹੁੰਦਾ ਸੀਗਾ ਇਹਨਾਂ ਵਾਈਫ ਦੀ ਵੀ ਇਹੀ ਸੀਗੀ ਉਹ ਵੀ ਇਹੀ ਚਾਹੁੰਦੀ ਸੀ ਕਿ ਅਸੀਂ ਕੋਈ ਉਹ ਕੰਮ ਕਰੀਏ ਅਤੇ ਆਪਣੀ ਕੋਈ ਬਿਜ਼ਨਸ ਕਰੀਏ ਐਂਡ ਫਿਰ ਤੁਹਾਨੂੰ ਪਤਾ ਹੀ ਆ ਕਿ ਆਪਾਂ ਸ਼ੋਪ ਕੀਤੀ ਇਹਨਾਂ ਸ਼ੋਪ ਕਿਤਾ ਕੰਮ ਕੀਤਾ 7 ਸਾਲ ਸ਼ੋਪ ਦਾ ਕੀਤਾ ਅਤੇ ਉਸ ਤੋਂ ਬਾਅਦ ਫਿਰ ਬੱਚੇ ਵੀ ਸੀਗੇ ਤਾਂ ਥੋੜ੍ਹਾ ਜਿਹਾ ਹਾਰਡ ਹੋ ਗਿਆ ਸੀਗਾ ਕਿ ਬੱਚਿਆਂ ਦੀ ਲੁੱਕ ਆਫਟਰ ਕਰਨੀ ਬੜੀ ਮੁਸ਼ਕਿਲ ਸੀਗੀ ਅਤੇ ਉਹ ਮੇਰੇ ਕਿ ਸਾਡੇ ਦੋਨਾਂ ਦਾ ਇਹ ਸੀਗਾ ਕਿ ਬੱਚਿਆਂ ਨੂੰ ਅਸੀਂ ਚੰਗਾ ਕਹਿੰਦੇ ਸੀ ਵੀ ਇਹਨੂੰ ਪੜ੍ਹਾਈਏ ਬੱਚੇ ਕਿੰਨੇ ਸੀਗੇ ਸਾਡੇ 4 ਬੱਚੇ ਆ 4 ਬੱਚੇ 4 ਲੜਕੀਆਂ ਮੇਰੀਆਂ ਸੋਏ ਨਾਂ ਦੱਸੋ ਸੋਨੀਆ ਹਾਂਜੀ ਸਮੈਂਥਾ ਹਾਂਜੀ ਸੋਫੀ ਹਾਂਜੀ ਐਂਡ ਟਾਸ਼ਾ ਠੀਕ ਖੁਦਾ ਹੈ ਨਾ ਉਹਨਾਂ ਨੂੰ ਮੇਰੇ ਕਿ ਉਹ ਸੀਗਾ ਕਿ ਸ਼ੁਰੂ ਤੋਂ ਇਹ ਵਾਇਸ ਦਾ ਵੀ ਇਹੀ ਸੀਗਾ ਕਿ ਵੀ ਉਹ ਮੇਰੇ ਕਿ ਅਸੀਂ ਪੜ੍ਹਾਈਏ ਉਹਨਾਂ ਸਾਰਿਆਂ ਨੇ ਗ੍ਰਾਮਰ ਸਕੂਲ ਗਏ ਹਾਂ 11+ ਕੀਤੇ ਅਸੀਂ ਮੇਰੇ ਕੋਲ ਤਾਂ ਸੋ ਇਹਦੇ ਵਿੱਚ ਕਰਕੇ ਉਹ ਕਹਿੰਦੀ ਸੀ ਕਿ ਵੀ ਮੇਰੇ ਕਿ ਸ਼ੋਪ ਦਾ ਕੰਮ ਜਿਹੜਾ ਸਾਨੂੰ ਹਾਰਡ ਲੱਗਾ ਤਾਂ ਮੈਂ ਡਰਾਈਵਿੰਗ ਇੰਸਟਰਕਟਰ ਦਾ ਕੰਮ ਕੋਰਸ ਕੀਤਾ ਤਾਂ ਮੈਂ ਤਾਂ ਕਰਕੇ ਡਰਾਈਵਿੰਗ ਇੰਸਟਰਕਟਰ ਸ਼ੁਰੂ ਕੀਤਾ ਤਾਂ ਉਹਨੇ ਵੀ ਇਹ ਡਰਾਈਵਿੰਗ ਇੰਸਟਰਕਟਰ ਕੀਤਾ ਸੋ ਦੋਨੇ ਜਣੇ ਤੁਸੀਂ ਡਰਾਈਵਿੰਗ ਇੰਸਟਰਕਟਰ ਕਰਦੇ ਸੀ ਹਾਂਜੀ ਅੱਛਾ ਵਨ ਵੀ ਇਹ ਵੀ ਹੋ ਸਕਦਾ ਵੀ ਐਡਵਾਂਟੇਜ ਵੀ ਹੋ ਸਕਦੀ ਹੈਗੀ ਕਿ ਤੁਸੀਂ ਬੰਦਿਆਂ ਨੂੰ ਸਿਖਾ ਸਕਦੇ ਜੇ ਲੇਡੀਜ਼ ਕੋਈ ਸਪੈਸ਼ਲ ਹਾਂਜੀ ਬਿਕੋਜ਼ ਤੁਹਾਨੂੰ ਪਤਾ ਹੀ ਆ ਆਪਣੇ ਇੰਡੀਆ ਤੋਂ ਪਾਕਿਸਤਾਨ ਤੋਂ ਜਿਹੜੇ ਲੋਕ ਆ ਉਹ ਹਮੇਸ਼ਾ ਇਹੀ ਪੁੱਛਦੇ ਕਿ ਤੁਹਾਡੇ ਕੋਲ ਲੇਡੀ ਇੰਸਟਰਕਟਰ ਹੈਗੀ ਆ ਤਾਂ ਮੇਰਾ ਇਹ ਵੀ ਮੇਰੀ ਬੜੀ ਸੀ ਕਿ ਮੈਂ ਕਹਿ ਸਕਾਂ ਕਿ ਵੀ ਇੱਕ ਲੇਡੀ ਨਾਲ ਹੋਵੇ ਤਾਂ ਉਹਦੇ ਨਾਲ ਮੇਰੇ ਲਈ ਵੀ ਈਜ਼ੀ ਹੋ ਸਕਦਾ ਆ ਅਤੇ ਮੇਰੇ ਕਿ ਖੁਦਾ ਨੇ ਉਹ 'ਚ ਵੀ ਬੜੀ ਸਾਡੀ ਮਦਦ ਕੀਤੀ ਸੋ ਲਾਈਫ ਚੱਲਣ ਲੱਗ ਪਈ ਤੁਸੀਂ ਬਿਜ਼ੀ ਹੋ ਗਏ ਬਚਪਨ ਦੇ ਵਿੱਚੋਂ ਜਿੱਦਾਂ ਕਹਿੰਦੇ ਵੀ ਬੱਚੇ ਵੀ ਜਵਾਨ ਹੋ ਗਏ ਹਾਂਜੀ ਫਿਰ ਪਹਿਲੀ ਸ਼ਾਦੀ ਕੀਤੀ ਤੁਸੀਂ ਬੱਚੀ ਹਾਂਜੀ ਹਾਂਜੀ ਸੋਨੀਆ ਦੀ ਪਹਿਲਾਂ ਸ਼ਾਦੀ ਕੀਤੀ ਉਹ ਮੇਰੇ ਕਿ ਰਾਜੇਸ਼ ਮੇਰੇ ਕਿ ਆਪਣੇ ਕੈਨੇਡਾ ਤੋਂ ਸੀਗਾ ਤਾਂ ਮੇਰੇ ਕਿ ਬਹੁਤ ਹਾਰਡ ਲੱਗਾ ਸੀ ਪਹਿਲਾਂ ਕਿ ਉਹਦੀ ਕੈਨੇਡਾ ਦੇ ਵਿੱਚ ਉਹਦੀ ਸ਼ਾਦੀ ਕਰੀਏ ਪਰ ਫੈਮਿਲੀ ਇੱਕ ਦਿਨ ਨੂੰ ਸਾਰੀ ਜਾਣਦੀ ਸੀਗੀ ਉੱਧਰੋਂ ਮੇਰੇ ਇਨ-ਲੋ ਜਿਹੜੇ ਆ ਟੋਰਾਂਟੋ 'ਚ ਰਹਿੰਦੇ ਸੀਗੇ ਉਹ ਵੀ ਬੜੀ ਹਿੰਮਤ ਦਿੰਦੇ ਸੀਗੇ ਕਿ ਵੀ ਮੇਰੇ ਕਿ ਨਹੀਂ ਅਸੀਂ ਇੱਥੇ ਹੈਗੇ ਹਾਂ ਤੁਸੀਂ ਕਰੋ ਰਾਏ ਵੀ ਅਸੀਂ ਇੱਥੇ ਹੀ ਹਾਂ ਨਾ ਭਾਅ ਜੀ ਸਦਰਕ ਅਤੇ ਭਾਬੀ ਸੋਮਾ ਉਹ ਵੀ ਮੇਰੇ ਕਿ ਬੜੀ ਸਾਨੂੰ ਮੇਰੇ ਕਿ
ਹਿੰਮਤ ਔਰ ਤਾਕਤ ਦਿੰਦੇ ਸੀਗੇ, ਵੀ ਕੌਨਫੀਡੈਂਟ ਕਹਿੰਦੇ ਸੀਗੇ ਵੀ ਤੁਸੀਂ ਨਹੀਂ ਇਹ ਕਰੋ, ਰਿਸ਼ਤਾ ਚੰਗਾ ਆ। ਤਾਂ ਜਿਹੜਾ ਮੇਰੇ ਕਿ ਸੋਨੀਆ ਦਾ ਫਾਦਰ ਲੋ ਆ, ਉਹ ਵੀ ਮੇਰੇ ਕਿ ਵੀ ਮੇਰਾ ਬੈਸਟ ਫਰੈਂਡ ਵੀ ਸੀਗਾ ਸਵਿੰਡਨ ਤੋਂ, ਤਾਂ ਮੇਰੇ ਕਿ ਰਿਸ਼ਤੇਦਾਰੀ ਵੀ ਸਾਡੀ ਸੀਗੀ, ਬਿਕੋਜ਼ ਉਹਦੀ ਵਾਈਫ ਜਿਹੜੀ ਆ ਉਹ ਵੀ ਮੇਰੇ ਕਿ ਸੰਸਾਰ ਪੁੱਤ ਤੋਂ ਸਾਨੂੰ ਵਿੱਚੋਂ ਫੈਮਿਲੀ ਦੇ ਵਿੱਚੋਂ ਸੀਗੇ। ਮੈਂ ਤਾਂ ਕਹੂੰਗਾ ਪੋਲ, ਤੁਹਾਡਾ ਬੜਾ ਵੱਡਾ ਦਿਲ ਹੈਗਾ ਕਿ ਇੱਕ ਆਪਣੇ ਦਿਲ ਦੇ ਟੁਕੜੇ ਨੂੰ, ਮਤਲਬ ਆਪਣੀ ਬੱਚੀ ਨੂੰ ਦੂਸਰੇ ਸਿਟੀ ਦੇ ਵਿੱਚ ਵਿਆਹ ਕਰਨਾ ਮੁਸ਼ਕਲ ਹੋ ਜਾਂਦਾ ਹੈਗਾ, ਨੈਵਰ ਮਾਇੰਡ ਅਨਦਰ ਕੰਟਰੀ, ਕਿ ਦੂਸਰੀ ਕੰਟਰੀ ਦੇ ਵਿੱਚ ਸ਼ਾਦੀ ਕਰਨੀ ਔਰ ਦੂਰ ਇੰਨੀ ਵੀ, ਮਤਲਬ ਵੀ ਅਸੀਂ ਹਾਰ ਦਾ ਸੀਗਾ, ਪਰ ਇਹ ਮੇਰੇ ਖੁਦਾ ਦੀ ਮਰਜ਼ੀ, ਖੁਦਾ ਦੀ ਮਰਜ਼ੀ ਇੱਥੇ ਹੋਣੀ ਆ ਉੱਥੇ ਹੋਣੀ ਆ, ਬਿਲਕੁਲ ਇਹ ਖੁਦਾ ਦੀ ਮਰਜ਼ੀ ਸੀਗੀ ਕਿ ਉੱਥੇ ਉਹ ਰਿਸ਼ਤਾ ਜੋ ਹੋਣਾ। ਇਹ ਮੈਂ ਐਕਚੁਲੀ ਇਹ ਤੁਹਾਨੂੰ ਗੱਲ ਦੱਸਦਾ, ਮੈਂ ਕਿਹਾ ਸੀਗਾ, ਮੈਂ ਪਹਿਲੀ ਵਾਰੀ ਜਦੋਂ ਉਹ ਆਏ ਆ ਤਾਂ ਅਸੀਂ ਨਾਂਹ ਕਰ ਦਿੱਤੀ ਸੀਗੀ, ਮੈਂ ਕਿਹਾ ਕਿ ਨਹੀਂ, ਮੈਂ ਕਿਹਾ ਮੇਰੇ ਕੋਲ ਨਹੀਂ ਕੁੜੀ ਕੱਲ੍ਹ ਹੋਣੀ ਇੱਡੀ ਦੂਰ। ਤਾਂ ਫਿਰ ਜਦੋਂ ਦੂਸਰੀ ਵਾਰੀ ਉਹਨਾਂ ਨੇ ਜੇ ਆਇਆ ਨਾ, ਤਾਂ ਉਦੋਂ ਮੇਰੇ ਕਿ ਮੇਰੀ ਬੀਬੀ ਕਹਿੰਦੀ ਕਿ ਇਹ ਖੁਦਾ ਦੀ ਮਰਜ਼ੀ ਆ, ਤੂੰ ਮੇਰੇ ਕਿ ਇਹਨੂੰ ਨਾਂਹ ਨਾ ਕਰ, ਤੁਸੀਂ ਜਾਣ ਦਿਓ ਕੁੜੀ ਆ। ਅਤੇ ਰੱਬ ਦਾ ਮੈਂ ਬਹੁਤ ਬਹੁਤ ਸ਼ੁਕਰ ਕਰਦਾ ਹਾਂ, ਅਤੇ ਉਹਦਾ ਬੜਾ ਥੈਂਕ ਯੂ ਕਰਦਾ ਹਾਂ ਕਿ ਉਹ ਮੇਰੇ ਕਿ ਆਪਣੇ ਦੋਨੇ ਜਣੇ ਉੱਥੇ ਕੰਮ ਕਰਦੇ ਆ। ਸ਼ੀ ਡਨ ਡਿਗਰੀ ਸ਼ੀ ਲੋਇਆ ਐਂਡ ਸ਼ੀ ਇਜ਼ ਵਰਕਿੰਗ ਐਜ਼ ਅ ਲੋਇਆ ਇਨ ਵੈਨਕੂਵਰ। ਬਹੁਤ ਅੱਛੀ ਗੱਲ। ਔਰ ਗਾਂ ਹੁਣ ਤਾਂ ਦੋਤੀ ਵੀ ਹੈ? ਹਾਂਜੀ, ਛੋਟੀ ਬੈਕੀ ਹੁਣ ਤਾਂ ਮੇਰੇ ਕਿ 8 ਸਾਲ ਦੀ ਹੋ ਗਈ ਆ, ਅਤੇ ਮੇਰੇ ਕਿ ਰੱਬ ਨੇ ਬਹੁਤ ਵਧੀਆ ਉਹ ਵੀ ਬਰਕਤ ਦਿੱਤੀ ਕਿ ਮੇਰੇ ਕਿ ਗ੍ਰੈਂਡ ਡੋਟਰ ਵੀ ਹੈਗੀ ਆ। ਹਾਂਜੀ, ਤਾਂ ਵਟਸਐਪ 'ਤੇ ਦੇਖਦੇ ਹਾਂ ਇੱਕ ਦੂਸਰੇ ਨੂੰ? ਹਾਂਜੀ, ਹਰ ਰੋਜ਼, ਐਵਰੀ ਸੰਡੇ, ਕਿਉਂਕਿ ਵੀਕ ਦੇ ਵਿੱਚ ਉਹਨਾਂ ਦਾ ਟਾਈਮ ਡਿਫਰ ਆ, ਤਾਂ ਫਿਰ ਮੇਰੇ ਕਿ ਨਹੀਂ ਗੱਲਬਾਤ ਹੁੰਦੀ। ਸੰਡੇ ਆਫਟਰਨੂਨ ਜਦੋਂ ਚਰਚ ਤੋਂ ਬਾਅਦ ਆਉਂਦੇ ਹਾਂ, ਸਾਨੂੰ ਪਤਾ ਹੁੰਦਾ ਕਿ ਅਸੀਂ ਮੇਰੇ ਕਿ ਬੈਠ ਕੇ ਕਾਗਜ਼ 'ਚ ਜਦੋਂ ਬੱਚੇ ਸਾਰੇ ਬਹਿੰਦੇ ਹਾਂ, ਉਹਨਾਂ ਨੂੰ ਵੀ ਉਹਦੇ ਵਿੱਚ ਵੀ ਇਨਵੋਲਵ ਕਰਦੇ ਹਾਂ ਕਿ ਚਲੋ ਸਾਰਾ ਹਫ਼ਤਾ ਨਹੀਂ ਦੇਖਿਆ ਸੰਡੇ ਦੇ। ਚਲੋ, ਬਹੁਤ ਅੱਛੀ ਤੁਸੀਂ ਸਟੋਰੀ ਇੱਕ ਪੇਂਟ ਕੀਤੀ ਹੈਗੀ ਕਿ ਬੜਾ ਬਚਪਨ ਦੇ ਵਿੱਚੋਂ ਲੱਗ ਕੇ ਤਾਂ ਬੜੀ ਮਿਹਨਤ ਨਾਲ ਤੁਸੀਂ ਇੱਕ ਮੰਜ਼ਿਲ ਦੇ ਵਿੱਚ ਪਹੁੰਚ ਗਏ ਹੈਗੇ ਹਾਂ। ਅੱਛਾ, ਇਹ ਤਾਂ ਹੋ ਗਈ ਦੁਨਿਆਵੀ ਮੰਜ਼ਿਲ, ਹੁਣ ਮੈਨੂੰ ਦੱਸੋ ਕਿ ਤੁਹਾਡੀ ਜ਼ਿੰਦਗੀ ਵੀ, ਮਤਲਬ ਆਤਮਿਕ ਜ਼ਿੰਦਗੀ ਤੁਸੀਂ ਕਿੱਦਾਂ ਪਾਈ, ਖੁਦਾਵੰਦ ਯਿਸੂ ਮਸੀਹ ਨੂੰ ਕਿੱਦਾਂ ਪਾਇਆ, ਔਰ ਖੁਦਾਵੰਦ ਯਿਸੂ ਮਸੀਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਆਇਆ? ਯਿਸੂ ਮਸੀਹ ਨੂੰ ਤਾਂ ਸਾਨੂੰ ਪਹਿਲਾਂ ਤੋਂ ਜਾਣਦੇ ਸੀਗੇ, ਉਹ ਤਾਂ ਯਿਸੂ ਮਸੀਹ ਨੇ ਸਾਨੂੰ ਬਣਾ ਪ੍ਰਦੇਸ਼ ਤੋਂ ਹੀ ਸਾਨੂੰ ਯਿਸੂ ਮਸੀਹ ਨੂੰ ਪਤਾ ਸੀ ਸਾਡਾ, ਪਰ ਅਸੀਂ ਮੇਰੇ ਕਿ ਥੋੜ੍ਹਾ ਜਿਹਾ ਨਹੀਂ ਜਾਣਦੇ ਸੀਗੇ ਇਸ ਕੰਮ ਨੂੰ। ਪਰ ਅਸੀਂ ਮੇਰੇ ਕਿ ਪ੍ਰਦੇਸ਼ ਅਸੀਂ ਕ੍ਰਿਸ਼ਚਨ ਫੈਮਿਲੀ ਵਿੱਚ ਹੀ ਸੀਗੇ, ਆਪਣੇ ਕੰਮ ਕਾਰ ਦੇ ਵਿੱਚ ਬਿਜ਼ੀ ਰਹੇ, ਆਪਣੀ ਪੜ੍ਹਾਈ ਦੇ ਵਿੱਚ ਬਿਜ਼ੀ ਰਹੇ, ਆਪਣੇ ਕੰਮਾਂ 'ਚ ਬਿਜ਼ੀ ਰਹੇ, ਪਰ ਅਸੀਂ ਮੇਰੇ ਕਿ ਖੁਦਾ ਦੇ ਵਿੱਚ ਹਮੇਸ਼ਾ ਚਰਚ ਜਾਂਦੇ ਸੀਗੇ, ਇੱਥੇ ਵੀ ਚਰਚ ਜਾਂਦੇ ਰਹੇ ਹਾਂ, ਚਰਚ ਵਿੱਚ ਹਿੱਸਾ ਲੈਂਦੇ ਸੀਗੇ, ਪਰ ਰੀਅਲੀ ਖੁਦਾ ਨੂੰ ਉਹ ਚੰਗੀ ਤਰ੍ਹਾਂ ਉਹਨਾਂ ਰਿਲੇਸ਼ਿਪ ਨਹੀਂ ਸੀ ਸਾਡੀ ਕੋਈ ਮਾਹੌਲ ਸੀ, ਖੁਦਾ ਨੂੰ ਜਾਣਦੇ ਸੀਗੇ ਪਰ ਸਾਡੀ ਕੋਈ ਰਿਲੇਸ਼ਿਪ ਨਹੀਂ ਸੀਗੇ। ਤਾਂ ਫਿਰ ਮੈਂ ਹਮੇਸ਼ਾ ਵਾਈਫ ਬੱਚਿਆਂ ਨੂੰ ਚਰਚ ਵਿੱਚ ਲੈ ਕੇ ਜਾਂਦੀ ਸੀ, ਮੈਂ ਕੰਮ ਦੇ ਵਿੱਚ ਥੋੜ੍ਹਾ ਬਿਜ਼ੀ ਰਹਿੰਦਾ ਸੀਗਾ, ਨਹੀਂ ਜਾਂਦਾ ਸੀਗਾ ਕਈ ਵਾਰੀ, ਪਰ ਕਈ ਵਾਰੀ ਜਾਂਦੇ ਸੀਗੇ, ਪਰ ਕੋਸ਼ਿਸ਼ ਜ਼ਰੂਰ ਹੁੰਦੀ ਸੀ ਕਿ ਅਸੀਂ ਚਰਚ ਜਾਈਏ। ਤਾਂ ਫਿਰ ਖੁਦਾ ਨੇ ਸਾਨੂੰ ਐਸੇ ਮੋੜ 'ਤੇ ਲਿਆਂਦਾ ਜਿੱਥੇ ਮੇਰੇ ਕਿ ਸਾਨੂੰ ਚਰਚ ਮਿਲਿਆ, ਸੈਂਚੂ ਚਰਚ, ਅਸੀਂ ਸੈਂਚੂ ਚਰਚ, ਮੈਨੂੰ 17 ਸਾਲ ਹੋ ਗਏ ਆ ਸੈਂਚੂ ਚਰਚ ਜਾਂਦੇ ਨੂੰ ਹੁਣ, ਰਾਈਟ? ਅਤੇ ਅਸੀਂ ਉੱਥੇ ਮੇਰੇ ਕਿ ਜਾ ਕੇ ਬਪਤਿਸਮਾ ਲਿਆ, ਤਾਂ ਫਿਰ ਖੁਦਾ ਨੂੰ ਪੂਰੀ ਤਰ੍ਹਾਂ ਜਾਣਨ ਲੱਗੇ। ਬੱਚਿਆਂ ਵੀ ਉੱਥੇ ਬਪਤਿਸਮਾ? ਉੱਥੇ ਬੱਚਿਆਂ ਦਾ ਬਪਤਿਸਮਾ ਉੱਥੇ ਹੋਇਆ, ਔਰ ਬਜ਼ੁਰਗਾਂ ਦਾ ਵੀ ਹੋਇਆ? ਹਾਂਜੀ, ਹਾਂ, ਬੀਬੀ ਮੇਰੇ ਕਿ, ਮੈਂ ਬੀਬੀ ਨੂੰ ਕਹਿੰਦਾ ਹੁੰਦਾ ਸੀਗਾ ਕਿ ਬੀਬੀ ਮੇਰੇ ਕਿ ਜਦੋਂ ਵੀ ਚਰਚ ਆਉਣਾ, ਗੱਲਾਂ ਬਾਤਾਂ ਕਰਨੀਆਂ ਬਹਿ ਕੇ ਘਰ ਦੇ ਵਿੱਚ, ਕਿ ਅਸੀਂ ਕੀ ਅੱਜ ਸੁਣਿਆ ਆ, ਕੀ ਭਾਈ ਸਾਹਿਬ ਜੀ ਨੇ ਕਿਹਾ ਆ, ਗੱਲਾਂ ਕਰ ਦਿੰਦੇ ਸੀਗੇ, ਤਾਂ ਮੈਂ ਬੀਬੀ ਨੂੰ ਦੱਸਦਾ ਸੀ ਬਾਈਬਲ ਦੀਆਂ ਗੱਲਾਂ, ਤਾਂ ਬੀਬੀ ਨੇ ਕਹਿਣਾ ਅੱਛਾ ਇਹ ਵੀ ਹੋਊਗਾ, ਇਹ ਵੀ ਹੈ ਬਾਈਬਲ 'ਚ ਲਿਖਿਆ, ਇਹ ਵੀ ਬਾਈਬਲ 'ਚ ਲਿਖਿਆ ਆ। ਤਾਂ ਫਿਰ ਮੇਰੇ ਕਿ ਮੈਂ ਬੀਬੀ ਨੂੰ ਕਿਹਾ ਇੱਕ ਦਿਨ, ਕਿਹਾ ਮੈਂ ਕਿਹਾ ਕਿ ਬਪਤਿਸਮਾ ਲੈਣਾ ਜਿਹੜਾ ਬਹੁਤ ਜ਼ਰੂਰੀ ਆ, ਇਹ ਸਾਡੇ ਜ਼ਰੂਰੀ ਆ, ਅਸੀਂ ਖੁਦਾ ਦੇ ਵਿੱਚ ਜੇ ਆਉਣਾ ਆ ਤਾਂ ਅਸੀਂ ਮੇਰੇ ਕਿ, ਕਿਉਂਕਿ ਬੀਬੀ ਮੇਰੇ ਕਿ ਪਿੰਡ 'ਚੋਂ ਆਈ ਸੀ, ਉਹ ਪਿੰਡ 'ਚੋਂ ਆਈ ਸੀਗੀ ਜਿਹੜੇ ਪਿੰਡਾਂ ਦੇ ਵਿੱਚ ਚਰਚ ਨਹੀਂ ਹੈਗੇ ਸੀ ਉਸ ਟਾਈਮ 'ਤੇ, ਸਾਡੇ ਮੇਰੇ ਕਿ ਤਾਂ ਚਲੋ ਪਿੰਡਾਂ ਦੇ ਵਿੱਚ ਚਰਚ ਸੀਗੇ। ਸੋ ਮੈਂ ਬੀਬੀ ਨੂੰ ਕਿਹਾ ਕਿ ਬੀਬੀ ਕਹਿੰਦੀ ਨਹੀਂ, ਮੈਂ 80 ਈਅਰ ਓਲਡ, ਲੋਕ ਕੀ ਕਹਿਣਗੇ ਵੀ ਮੇਰੇ ਕਿ। ਤਾਂ ਮੈਂ ਪਾਸੀ ਨਾਲ ਗੱਲ ਕੀਤੀ, ਤੁਹਾਡੇ ਨਾਲ ਵੀ ਗੱਲ ਕੀਤੀ ਵੀ ਮੇਰੇ ਕਿ ਬੀਬੀ ਚਾਹੁੰਦੀ ਆ, ਐਂਡ ਤੁਸੀਂ ਬੜੇ ਖੁਸ਼ ਹੋਏ, ਬਹੁਤ ਬਹੁਤ ਖੁਸ਼ ਹੋਏ। ਹਾਂਜੀ, ਅਤੇ ਤੁਸੀਂ ਮੇਰੇ ਬਪਤਿਸਮਾ, ਤੁਸੀਂ ਕਿਹਾ ਕਿ ਤੁਸੀਂ ਇੱਦਾਂ ਵੀ ਕਿਹਾ ਕਿ ਮੈਂ ਤੁਸੀਂ ਮੇਰੇ ਨਾਲ ਖੜ੍ਹੇ ਹੋ ਕੇ ਬਪਤਿਸਮਾ ਦਿਓ, ਹੈ ਨਾ? ਤਾਂ ਬੀਬੀ 80 ਸੀਗੀ ਉਦੋਂ, ਉਹਨਾਂ ਨੇ ਬੈਪਟਾਈਜ਼ ਕੀਤਾ, ਉਦੋਂ ਤੋਂ ਬਾਅਦ ਹੀ
ਉਹ ਖੁਦਾ ਦੇ ਕੋਲ ਪੂਰੇ ਹੋ ਗਏ ਫਿਰ। ਔਰ ਕਿੰਨੀ ਬਰਕਤ ਦੀ ਗੱਲ ਹੈਗੀ ਕਿ ਬੱਚਾ ਆਪਣੀ ਮਾਂ ਨੂੰ ਬਪਤਿਸਮਾ ਦੇ ਰਿਹਾ ਔਰ ਤੁਸੀਂ ਐਲਡਰ ਹੋ ਕੇ ਖੁਦਾ ਦੀ ਬਲੈਸਿੰਗ। ਮੈਂ ਤਾਂ ਬੜਾ ਰੱਬ ਦਾ ਸ਼ੁਕਰ ਕਰਦਾ ਕਿ ਇਹ ਮੈਨੂੰ ਖੁਦਾ ਨੇ ਇਹ ਬਰਕਤ ਦਿੱਤੀ ਕਿ ਮੈਂ ਇਹ ਕੰਮ ਕਰ ਸਕਿਆ। ਅਤੇ ਤੁਸੀਂ ਐਲਡਰ ਦੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਕਿੱਦਾਂ ਦੱਸੋ ਥੋੜ੍ਹਾ ਕੁ ਉਹਦੇ ਬਾਰੇ ਵੀ ਕੀ ਕਰਦੇ ਹੈਗੇ? ਹਾਂਜੀ, ਬੜਾ ਸ਼ੁਕਰ ਹੈ ਕਿ ਮੈਂ ਚਰਚ ਦੇ ਵਿੱਚ ਮੈਨੂੰ ਮੌਕਾ ਮਿਲਿਆ ਕਿ ਰੱਬ ਦੀ ਸੇਵਾ ਕਰਨ ਲਈ। ਅਸੀਂ ਸੇਵਾ ਕਰਦੇ ਹਾਂ ਉਹਦੇ ਚਰਚ ਵਿੱਚ, ਸਾਡਾ ਸੈਂਚੀ ਚਰਚ ਇੰਸਮੈਥਿਕ ਦੇ ਵਿੱਚ ਆ। ਅਸੀਂ ਮੇਰੇ ਕਿ ਸਾਡੇ ਭਾਈ ਸਾਹਿਬ ਜੀ ਹੈ, ਤੁਹਾਨੂੰ ਪਤਾ ਪਤਾ ਹੀ ਆ, ਤੁਹਾਡੇ ਨਾਲ ਖੜ੍ਹੇ ਹੋ ਕੇ ਮੈਂ ਕੰਮ ਕਰਦਾ ਹਾਂ। ਅਤੇ ਮੇਰੇ ਕਿ ਅਸੀਂ ਬੜੀ ਬੜੀ ਆ ਕਿ ਉੱਥੇ ਬਰਕਤ ਪਾਈ ਆ ਉਸ ਚਰਚ ਦੇ ਵਿੱਚ ਕਿ ਅਸੀਂ ਮੇਰੇ ਕਿ ਖੁਦਾ ਦਾ ਕੰਮ ਕਰੀਏ, ਉਹਦੀ ਸੇਵਾ ਕਰਦੇ ਹਾਂ, ਖੁਦਾ ਦੀ ਸੇਵਾ ਕਰਦੇ ਹਾਂ ਲੋਕਾਂ ਨੂੰ। ਮੇਰੇ ਕਿ ਲੋਕਾਂ ਨੂੰ ਆਪਾਂ ਇੰਟਰੋਡਿਊਸ ਕਰਦੇ ਹਾਂ ਚਰਚ ਨੂੰ ਕਿ ਲੋਕ ਜਿਹੜੇ ਖੁਦਾ ਨੂੰ ਨਹੀਂ ਜਾਣਦੇ, ਈਵਨ ਥਰੂ ਡਰਾਈਵਿੰਗ ਦੇ ਥਰੂ ਵੀ ਮੈਂ ਉਹਨਾਂ ਨੂੰ ਲੋਕਾਂ ਨੂੰ ਇੰਟਰੋਡਿਊਸ ਕਰਾਉਣਾ ਕਿ ਵੀ ਮੇਰੇ ਕਿ ਜਦੋਂ ਮੇਰੇ ਕੋਲ ਮੌਕਾ ਮਿਲੇ ਤਾਂ ਮੈਂ ਖੁਦਾ ਦੇ ਵਿੱਚ ਲਿਆਉਣਾ ਚਾਹੁੰਦਾ। ਹਾਂਜੀ, ਉਹਦੇ ਬਾਰੇ ਆਪਾਂ ਥੋੜ੍ਹੀ ਦੇਰ ਤਾਂ ਹੀ ਗੱਲ ਕਰਦੇ, ਪਰ ਮੋਸਟ ਇੰਪੋਰਟੈਂਟਲੀ ਕਿ ਤੁਸੀਂ ਖੁਦਾਵਨ ਦੇ ਸੇਵਕਦਾਰ ਹੋ ਕੇ ਇੱਕ ਐਲਡਰ ਦੀ ਪੋਜੀਸ਼ਨ ਦੇ ਵਿੱਚ ਸੈਂਕਚੁਰੀ ਚਰਚ ਦੇ ਵਿੱਚ ਤੁਸੀਂ ਦੂਸਰਿਆਂ ਨੂੰ ਇੰਟਰੋਡਿਊਸ ਕਰਦੇ ਹੈਗੇ ਟੂ ਜੀਸਸ, ਔਰ ਖੁਦਾ ਬਰਕਤ ਵੀ ਦੇ ਰਿਹਾ ਹੈਗਾ ਆ ਤਾਂ ਔਰ ਗਾਂ ਦੇਵੇਗਾ ਵੀ। ਹਾਂਜੀ ਹਾਂਜੀ, ਦੇਖੋ ਪੌਲ ਜੀ ਕਿ ਹਰ ਇੱਕ ਚੀਜ਼ ਦਾ ਜਿੱਦਾਂ ਕਹਿੰਦੇ ਹੁੰਦੇ ਕਿ ਡੇਟ ਹੁੰਦੀ ਹੈ, ਜਿੱਦਾਂ ਤੁਸੀਂ ਕਿਹਾ ਕਿ ਬੀਬੀ ਜੀ ਦਾ ਵੀ ਜਦੋਂ ਬਪਤਿਸਮਾ ਹੈ ਤਾਂ ਥੋੜ੍ਹੀ ਦੇਰ ਬਾਅਦ ਉਹ ਵੀ ਖੁਦਾਵੰਦ ਦੇ ਘਰ ਦੇ ਚਲੇ ਗਏ। ਤੁਸੀਂ ਵੀ ਕਾਫੀ ਮੁਸ਼ਕਲਾਂ ਦੇ ਵਿੱਚੋਂ ਲੰਘੇ ਕਿ ਜਦੋਂ ਜੋਸਫੀਨ ਬਿਮਾਰ ਹੋ ਗਈ ਸੀ। ਹਾਂਜੀ, ਆਪਾਂ ਉਹਦੇ ਬਾਰੇ ਗੱਲ ਕਰੀਏ। ਹਾਂਜੀ, ਕੀ ਹੋਇਆ ਸੀ? ਉਹ ਡਾਇਬੈਟਿਕ ਸੀਗੇ ਕਾਫੀ, ਜਦੋਂ ਸੋਫੀ ਬੋਨ ਹੋਈ ਆ ਉਹ ਤੋਂ ਮੇਰੇ ਕਿ ਡਾਕਟਰ ਨੇ ਦੱਸਿਆ ਸੀਗਾ ਕਿ ਬਲੱਡ ਦੇ ਵਿੱਚ ਸ਼ੂਗਰ ਆ, ਤਾਂ ਮੇਰੇ ਕਿ ਕਾਫੀ ਇਲਾਜ ਕਰਾਉਂਦੇ ਰਹੇ ਰਾਈਟ। ਅਤੇ ਹੌਲੀ ਹੌਲੀ ਮੇਰੇ ਕਿ ਕੰਮ ਵੀ ਕਰਦੀ ਰਹੀ, ਸਭ ਕੁਛ ਕਰਦਾ ਠੀਕ ਸੀਗੀ, ਚਰਚ ਵਿੱਚ ਵੀ ਆਉਂਦੇ ਸੀਗੇ। ਪਰ ਜਦੋਂ ਬਿਮਾਰ ਹੋਈ ਬਹੁਤ, ਦੋ ਕੁ ਸਾਲ ਬਾਅਦ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀਗੀ ਹੈ ਨਾ, ਤਾਂ ਫਿਰ ਮੇਰੇ ਕਿ ਉਹ ਮੇਰੇ ਕਿ ਦਿਨੋਂ ਦਿਨ ਵੀ ਜਿੱਦਾਂ ਵੀ ਕਹਿ ਲਓ ਵੀ ਡਾਊਨ ਹੀ ਹੁੰਦੀ ਸੀ, ਕਮਜ਼ੋਰ ਬਹੁਤ ਹੋ ਗਈ ਸੀਗੀ। ਤਾਂ ਫਿਰ ਉਹਨਾਂ ਦਾ ਮੇਰੇ ਕਿ ਉਹਦੇ ਵਿੱਚ ਬੜਾ ਕੰਮ ਕੀਤਾ ਮੇਰੇ ਕਿ ਭਾਈ ਸਾਹਿਬ ਜੀ, ਮੇਰੇ ਕਿ ਮੈਂ ਸੋਫੀ ਦੀ ਸ਼ਾਦੀ ਵੀ ਸੀਗੀ। ਡਾਇਲਿਸਿਸ ਤੁਹਾਨੂੰ ਦੀ ਕਿੰਨੀ ਵਾਰੀ ਜਾਂਦੇ ਸੀਗੇ? ਦੋ ਵਾਰੀ, ਕਈ ਵਾਰ ਪਹਿਲਾਂ ਦੋ ਵਾਰੀ ਸ਼ੁਰੂ ਕੀਤਾ ਸੀ, ਫਿਰ ਤਿੰਨ ਵਾਰੀ ਹੋ ਗਿਆ। ਤਾਂ ਫਿਰ ਮੈਂ ਕਿ ਇੱਦਾਂ ਮੇਰੇ ਕਿ ਹਫ਼ਤੇ 'ਚ ਐਵਰੀਡੇ ਜਾਂ। ਮੈਂ ਇੱਕ ਚੀਜ਼ ਨੋਟਿਸ ਕੀਤੀ ਕਿ ਉਹਨਾਂ ਦੀ ਸਮਾਈਲ ਕਦੀ ਵੀ ਉਤਰਦੀ ਨਹੀਂ ਸੀਗੀ, ਹਮੇਸ਼ਾ ਉਹਨਾਂ ਨੇ ਹੱਸਦੇ ਰਹਿਣਾ, ਜਿੰਨੀ ਮਰਜ਼ੀ ਵੀ ਉਹਨਾਂ ਦੀ ਤਕਲੀਫ ਹੋਣੀ ਪਰ ਉਹਨਾਂ ਨੇ ਹੱਸਦੇ ਰਹਿਣਾ ਹੈਗਾ। ਉਹਦੀ ਮੇਰੇ ਕਿ ਇਹੀ ਸੀਗਾ ਕਿ ਉਹਦੀ ਕਹਿੰਦੀ ਸੀ ਕਿ ਰੱਬ ਦੀ ਜੋ ਵੀ ਮਰਜ਼ੀ ਹੋਵੇ, ਉਹ ਹਮੇਸ਼ਾ ਉਹਦੀ ਸੀਗੀ ਕਿ ਜੋ ਵੀ ਰੱਬ ਦੀ ਮਰਜ਼ੀ ਹੋਵੇ। ਅਤੇ ਮੇਰੇ ਕਿ ਉਹਨੇ ਮੇਰੇ ਕਿ ਆਪਣੇ ਆਪ ਨੂੰ ਕਦੀ ਨਹੀਂ ਡਾਊਨ ਫੀਲ ਕੀਤਾ ਕਿ ਉਹ ਕਹਿੰਦੀ ਜੇ ਰੱਬ ਨੇ ਮੇਰੇ ਕਿ ਦੀ ਮਰਜ਼ੀ ਹੈ ਜਿੱਦਾਂ ਵੀ ਸਾਰਾ ਕੁਝ ਦਿੱਤਾ, ਕਹਿੰਦੀ ਵੰਡਰਫੁਲ ਹਾਊਸ, ਕਾਰਚੀ, ਸ਼ਾਦੀ ਸੋਹਣੀ ਹੋਈ, ਬੱਚੇ ਦਿੱਤੇ ਰੱਬ ਨੇ ਮੇਰੇ ਕਿ, ਅਸੀਂ ਰੱਬ ਤੋਂ ਕੋਈ ਹੋਰ ਕੁਛ ਨਹੀਂ ਮੰਗ ਸਕਦੇ ਸੀਗੇ। ਪਰ ਇਹ ਅੱਗੇ ਰੱਬ ਦੀ ਮਰਜ਼ੀ ਹੈ ਕਿ ਉਹ ਮੇਰੇ ਕਿ ਨਹੀਂ, ਜਿੰਨਾ ਵੀ ਰੱਬ ਨੂੰ ਟਾਈਮ। ਡਾਇਬੈਟਿਕ ਹੋ ਕੇ 3 ਟਾਈਮਸ ਡਾਇਲਿਸਿਸ ਕਰਦੇ ਸੀਗੇ ਕਿ ਐਂਡ ਦੈਨ ਤੁਸੀਂ, ਸੋਰੀ ਮੈਂ ਤੈਨੂੰ ਇੰਟਰਪਟ ਕਰ ਦਿੱਤਾ ਕਿ ਤੁਸੀਂ ਦੱਸ ਰਹੇ ਸੀ ਕਿ ਤੀਸਰੀ ਤੁਹਾਡੀ ਬੱਚੀ ਸੋਫੀ ਦੀ ਸ਼ਾਦੀ ਸੀਗੀ ਤਾਂ ਉੱਧਰੋਂ ਬਿਮਾਰ ਸੀ? ਉਹ ਬਿਮਾਰ ਸੀ, ਉਦੋਂ ਬਹੁਤ ਬਿਮਾਰ ਸੀ, ਉਦੋਂ ਹੋਸਪਿਟਲ ਦੇ ਵਿੱਚ ਸੀਗੀ। ਅਤੇ ਮੈਂ ਉੱਧਰੋਂ ਸੋਲਮਨ ਵੀ, ਉਹਦਾ ਵੀਜ਼ੇ ਵੀ ਖਤਮ ਹੋ ਰਿਹਾ ਸੀਗਾ, ਇੰਡੀਆ ਤੋਂ ਆਇਆ ਸੀਗਾ, 3 ਮਹੀਨੇ ਦਾ ਵੀਜ਼ੇ ਸੀਗਾ। ਅਤੇ ਮੈਂ ਉਹਨੂੰ, ਉਹਦੀ ਚੋਇਸ ਸੀਗੀ ਕਿ ਅਸੀਂ ਮੇਰੇ ਕਿ ਸ਼ਾਦੀ ਕਰ ਲਈਏ ਅਤੇ ਜਾਂ ਉਹ ਮੇਰੇ ਕਿ ਇੰਡੀਆ ਨੂੰ ਵਾਪਸ ਜਾਵੇ ਅਤੇ ਮੁੜ ਕੇ ਫਿਰ ਵੀਜ਼ਾ ਲਵਾ ਕੇ ਆਵੇ। ਪਰ ਮੈਂ ਉਹ ਨਹੀਂ ਚਾਹੁੰਦੀ ਸੀ ਕਿ ਹੋਵੇ, ਉਹ ਨਹੀਂ ਚਾਹੁੰਦੀ, ਉਹ ਕਹਿੰਦੀ ਸੀ ਕਿ ਨਹੀਂ ਸ਼ਾਦੀ। ਤਾਂ ਮੇਰੇ ਕਿ ਥੋੜ੍ਹੀਆਂ ਵੀਕਾਂ ਰਹਿ ਗਈਆਂ ਸੀਗੀਆਂ ਸ਼ਾਦੀ ਦੇ ਵਿੱਚ, ਫੈਕਟ ਇੱਕ ਹੀ ਹਫ਼ਤਾ ਰਹਿ ਗਿਆ ਸੀਗਾ। ਉਹ ਹੋਸਪਿਟਲ ਦੇ ਵਿੱਚ, ਉਹ ਹੋਸਪਿਟਲ ਦੇ ਵਿੱਚ ਸੀਗੀ। ਪਰ ਉਹ ਮੈਂ ਕੈਂਸਲ ਕਰਨਾ ਚਾਹੁੰਦਾ ਸੀ, ਮੈਂ ਕਿਹਾ ਚਲੋ ਕੋਈ ਨਾ ਮੁੰਡਾ ਚੱਲ ਜੂਗਾ, ਪਰ ਉਹ ਕਹਿੰਦੀ ਸੀ ਨਹੀਂ, ਕਹਿੰਦੀ ਕਿ ਖੁਦਾ ਦੀ ਮਰਜ਼ੀ ਹੋਊਗੀ ਤਾਂ ਮੈਂ ਆ ਜਾਊਂਗੀ। ਪਰ ਖੁਦਾ ਨੇ ਬਹੁਤ ਮਿਹਰ ਕੀਤੀ, ਉਹ ਆ ਗਈ ਸੀ, ਇੱਕ ਤਰ੍ਹਾਂ ਦਾ ਮਿਰੇਕਲ। ਹਾਂ, ਮਿਰੇਕਲ ਸੀ। ਅੱਛਾ ਦੱਸੋ ਉਸ ਦਿਨ ਕਿੱਦਾਂ 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 ਹੋਇਆ? ਉਹ ਮੇਰੇ ਕਿ ਜੀ, ਮੈਂ ਜਿਹੜਾ ਲਾਸਟ ਹਫ਼ਤਾ ਸੀਗਾ, ਮੈਂ ਡਾਕਟਰ ਨੂੰ ਪੁੱਛਿਆ ਕਿ ਉਹ ਕਹਿੰਦੇ, ਮੈਂ ਕਿਹਾ ਵੀ ਇਹ ਘਰ ਜਾ ਸਕਦੀ? ਉਹ ਕਹਿੰਦੇ ਨਹੀਂ, ਕਦੀ ਨਹੀਂ ਜਾ ਸਕਦੀ, ਕਹਿੰਦੇ ਨਹੀਂ ਹਾਲੇ ਨਹੀਂ, ਵੀ ਨਹੀਂ ਕਹਿਣਾ। ਮੈਂ ਫਿਰ ਫਿਰ ਕਦੀ ਕਦੀ ਪੁੱਛਣਾ ਵੀ, ਜਦੋਂ ਉੱਥੇ ਵਿਜ਼ਟਰ ਬੈਠਾ ਹੁੰਦਾ ਸੀਗਾ ਵੀ ਪੁੱਛਣਾ ਵੀ ਕਿ ਵੀ ਮੇਰੇ ਕਿ ਨਰਸ ਨੂੰ ਕਦੀ ਪੁੱਛਣਾ ਕਿ ਇਹ ਹੁਣੀ ਵੀਕਐਂਡ ਲਈ ਆ ਜਾਵੇ।
ਤਾਂ ਖੁਦਾ ਨੇ ਬੜੀ ਮਿਹਰ ਕੀਤੀ ਮੈਨੂੰ ਮੇਰੇ ਕਿ ਇੱਕ ਦੇ ਕੇ ਸ਼ਾਮ ਨੂੰ ਬੈਠਾ ਸੀ ਮੈਂ ਤੇ ਕੋਲ ਦੇ ਤਾਂ ਮੈਂ ਡਾਕਟਰ ਨੂੰ ਪੁੱਛਿਆ ਕਿ ਮੈਂ ਕਿਹਾ ਕਿ ਜਾ ਸਕਦੀ ਹੈ ਘਰ ਇਹ ਬਿਆ ਮੇਰੇ ਵੀ ਲੜਕੀ ਦੀ ਸ਼ਾਦੀ ਆ ਐਂਡ ਉਹ ਕਹਿੰਦਾ ਯੈਸ ਤੁਸੀਂ ਲੈ ਜਾਓ ਕਹਿੰਦਾ ਤੋ ਫਰਾਈਡੇ ਵਾਲੇ ਦਿਨ ਆਈ ਐਂਡ ਬੜੀ ਹਾਸੇ ਦੀ ਗੱਲ ਆ ਕਿ ਮੈਨੂੰ ਕਹਿੰਦੀ ਸਿੱਧੀ ਮੈਨੂੰ 100 ਰੋਡ 'ਤੇ ਲੈ ਕੇ ਚੱਲ ਮੈਨੂੰ 40 ਲੈ ਕੇ ਦੇ ਹੈਨਾ ਕਹਿੰਦੀ ਸਾਲੀ ਲੈ ਕੇ ਦੇ ਮੈਂ ਕਹਿੰਦੀ ਕੁਛ ਸੋ ਮੈਨੇ ਸਾਲੀਆਂ ਆ ਕਹਿੰਦੀ ਨਹੀਂ ਮੈਂ ਸਾਲੀ ਨਵੀਂ ਲੈਣੀ ਆ ਤੂੰ ਕਹਿੰਦੀ ਮੈਨੂੰ ਕਾਰ 'ਚ ਬਹਿਣਾ ਅਤੇ ਤੂੰ ਕਹਿੰਦੀ ਅੰਦਰ ਜਾ ਮੈਂ ਕਾਰ 'ਚ ਬੈਠੀ ਹਾਂ ਉਹਨੂੰ ਦੱਸਦੇ ਕਿ ਉੱਥੇ ਆਹ ਸਾਲੀ ਜੋਸ਼ ਮੈਨੂੰ ਚਾਹੀਦੀ ਆ ਤਾਂ ਮੈਂ ਸਾਲੀ ਲੈ ਕੇ ਦਿੱਤੀ ਉਹਨੂੰ ਉੱਥੋਂ ਬਿਊਟੀਫੁਲ ਬਹੁਤ ਹੀ ਜਿੱਦਾਂ ਕਹਿੰਦੇ ਹੁੰਦੇ ਵੀ ਵਾਟ ਅ ਹਾਰਟ ਰੈਂਡਰਿੰਗ ਥੋਟ ਕਿ ਹੋਸਪਿਟਲ ਦੇ ਵਿੱਚ ਨਿਕਲੀ ਹੈਗੀ ਹੈ ਆਪਣੀ ਜਾਨ ਦੀ ਨਹੀਂ ਪਰਵਾਹ ਪਰ ਉਹਨੂੰ ਇਹ ਸੀਗਾ ਕਿ ਮੇਰੀ ਬੱਚੀ ਦੀ ਸ਼ਾਦੀ ਹੈਗੀ ਤਾਂ ਮੈਨੂੰ ਸਾੜੀ ਲੈ ਕੇ ਦੇ ਸੋ ਫਰਾਈਡੇ ਇਹ ਹੋਇਆ ਤਾਂ ਸ਼ਾਦੀ ਸੀਗੀ ਸੈਟਰਡੇ ਸੈਟਰਡੇ ਹਾਂਜੀ ਵਾਟ ਅ ਮਿਰੇਕਲ ਅੱਛਾ ਹਾਂਜੀ ਅਤੇ ਸ਼ਾਮ ਨੂੰ ਜਿੰਨੇ ਵੀ ਸਾਰੇ ਪਰਾਹੁਣੇ ਆਏ ਜਿਹੜੇ ਨਾਨਕੇ ਆਏ ਸਾਰੇ ਤਾਂ ਸਾਰਾ ਕੁਛ ਉਹਨੇ ਆਪਣੇ ਹੱਥਾਂ ਨਾਲ ਕੀਤਾ ਤਾਂ ਸਵੇਰ ਨੂੰ ਮੇਰੇ ਕੇ ਵਿਆਹ ਵੀ ਬਣ ਕੇ ਬਹੁਤ ਤਾਂ ਮੈਂ ਖੁਦਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਨੇ ਸਾਡੀ ਬਹੁਤ ਮਦਦ ਕੀਤੀ ਬਹੁਤ ਮਦਦ ਕੀਤੀ ਤਾਂ ਸੈਡਲੀ ਜੋਸਫੀਨ ਫਸਟ ਹੋਏ ਫਿਰ ਚਲੇ ਗਏ ਹਾਂਜੀ ਤਾਂ ਮੈਂ ਇਹੀ ਖੁਦਾ ਦੇ ਸ਼ੁਕਰ ਕਰਦਾ ਕਿ ਮੈਂ ਮੈਨੂੰ ਖੁਦਾ ਉਹ ਮੈਨੂੰ ਬੜੀ ਬਹੁਤ ਬਿਊਟੀਫੁਲ ਗਿਫਟ ਦੇ ਗਈ ਆ ਕਿ ਮੈਨੂੰ ਬੱਚੇ ਜਿਹੜੇ ਦੇ ਗਈ ਆ ਉਹਦੇ ਵਿੱਚ ਮੈਂ ਉਹਨੂੰ ਦੇਖਦਾ ਰਹਿੰਦਾ ਅੱਛਾ ਹੁਣ ਆਪਾਂ ਮੁੜੀਏ ਕਿ ਡਰਾਈਵਿੰਗ ਇੰਸਟਰਕਟਰ ਦਾ ਰੋਲ ਕਿ ਤੁਸੀਂ ਕਾਫੀ ਕੰਮ ਕਰ ਰਹੇ ਹੈਗੇ ਖੁਦਾ ਤੁਹਾਨੂੰ ਕਿੱਦਾਂ ਇਸਤੇਮਾਲ ਕਰ ਰਿਹਾ ਹੈਗਾ ਤੁਹਾਡਾ ਕੀ ਟਿਪੀਕਲ ਵੈਲਿਊ ਤੁਹਾਡਾ ਦਿਨ ਦਾ ਹੈਗਾ ਕੀ ਕਰਦੇ ਹੋ ਤੁਸੀਂ ਸ਼ਾਮ ਨੂੰ ਕਿੱਦਾਂ ਜਾਂਦੇ ਥੱਕ ਜਾਂਦੇ ਹੋਵੋਗੇ ਸਾਨੂੰ ਉਹਦੇ ਬਾਰੇ ਦੱਸੋ ਮੈਂ ਖੁਦਾ ਦੀ ਬੜੀ ਤਾਰੀਫ ਕਰੂੰਗਾ ਜੀ ਕਿ ਮੈਂ ਦੇਖੋ ਇੰਨਾ ਕਿ ਖੁਦਾ ਨੇ ਮੈਨੂੰ ਬਰਕਤ ਦਿੱਤੀ ਆ ਕਿ ਮੈਂ 6-7 ਘੰਟੇ ਤਾਂ ਮੇਰੇ ਲਈ ਕੋਈ ਚੀਜ਼ ਨਹੀਂ ਗੀ ਮੈਂ ਬੜੀ ਆਰਾਮ ਨਾਲ ਕਰ ਲੈਂਦਾ ਹਾਂ 32 ਈਅਰਸ ਹੋ ਗਏ ਕੰਮ ਕਰਦੇ ਨੇ ਇਹ ਮੈਂ ਕਦੀ ਮੇਰੇ ਕੋਲ ਲੋਕ ਜਿਹੜੇ ਆ ਜਿਹਨਾਂ ਦੇ ਮਾਂ ਬਾਪ ਨੂੰ ਸਿਖਾ ਲਿਆ ਸੀਗਾ ਉਹਨਾਂ ਦੇ ਹੁਣ ਬੱਚਿਆਂ ਨੂੰ ਸਿਖਾ ਜੀ ਹੁਣ ਉਹਨਾਂ ਦੇ ਬੱਚਿਆਂ ਨੂੰ ਵੀ ਸਿਖਾ ਰਹੇ ਹਾਂ ਪਰ ਤੁਸੀਂ ਆਪਣੇ ਬੱਚੇ ਨੂੰ ਵੀ ਸਿਖਾ ਰਹੇ ਹਾਂ ਹਾਂਜੀ ਮੈਂ ਸਲਮਨ ਨੂੰ ਵੀ ਸਿਖਾ ਲਿਆ ਗੱਲੀ ਇਸ ਵੇਲੇ ਸਲਮਨ ਵੀ ਸਿੱਖ ਰਿਹਾ ਆ ਗੱਡੀ ਅਤੇ ਮੇਰੇ ਕਿ ਉਹ ਵੀ ਬੱਚਾ ਮੇਰੇ ਕਿ ਥੋੜ੍ਹੀ ਦੇਰ ਬਾਅਦ ਰੈਡੀ ਹੋ ਜੂਗਾ ਔਰ ਤੁਸੀਂ ਜਦੋਂ ਜਾਂਦੇ ਘਰ ਕਿੱਦਾਂ ਤੁਸੀਂ ਕੁਆਲਿਟੀ ਟਾਈਮ ਕਿੱਦਾਂ ਆਪਣਾ ਵਕਤ ਹੈ ਦੱਸ ਬੜੀ ਮੈਂ ਪਾਸੀ ਬੜੇ ਹੈਗਾ ਕਿ ਜਦੋਂ ਘਰ ਜਾਈਦਾ ਆ ਮੈਂ ਬੱਚਿਆਂ ਨੂੰ ਕੁੜੀਆਂ ਨੂੰ ਵੀ 5:30 ਤੋਂ ਚੁੱਕਦਾ ਹਾਂ ਅਸੀਂ ਆਉਂਦੇ ਹਾਂ ਅਤੇ ਸਲਮਨ ਪਹਿਲਾਂ ਜਾਂਦਾ ਆ ਉਹ ਖਾਣਾ ਰੈਡੀ ਕਰ ਲੈਂਦਾ ਸਾਰਾ ਬੜਾ ਅੱਛਾ ਕੁੱਕ ਆ ਹਾਂਜੀ ਇਟਸ ਵੈਰੀ ਗੁੱਡ ਕੁੱਕ ਹੈਨਾ ਉਹ ਬੜਾ ਅਤੇ ਉਹ ਖਾਣਾ ਰੈਡੀ ਕਰ ਲੈਂਦਾ ਆ ਤਾਂ ਕੁੜੀਆਂ ਆ ਕੇ ਰੋਟੀ ਬਣਾਉਂਦੇ ਆ ਅਤੇ ਜਦੋਂ ਤੁਸੀਂ ਉਹ ਬਣਾਉਂਦਾ ਹੈਗਾ ਤਾਂ ਤੁਸੀਂ ਆਪਣਾ ਆਰਾਮ ਨਾਲ ਚੇਅਰ ਦੇ ਵਿੱਚ ਬੈਠ ਕੇ ਹਾਂਜੀ ਤਦ ਤੱਕ ਮੈਂ ਉਹਦੀ ਜਦੋਂ ਵਾਧਾ ਕੁੜੀਆਂ ਦੀ ਵੇਟ ਕਰਦੇ ਹਾਂ ਤਾਂ ਉਹ ਕੋਲ ਕਰ ਲੈਂਦੀਆਂ ਉਹਦੇ ਬਾਅਦ ਅਸੀਂ ਉਹਦੇ ਪ੍ਰੇ ਕਰਦੇ ਹਾਂ ਪਹਿਨੇ ਹਾਂ ਇਕੱਠੇ ਗੱਲਾਂ ਬਾਤਾਂ ਕਰਦੇ ਹਾਂ ਸਾਡਾ ਦਿਨ ਕਿੱਦਾਂ ਨਿਕਲਿਆ ਕਿ ਮੇਰੇ ਕੇਕ ਦੇ ਨਾਲ ਅਤੇ ਬੜਾ ਸ਼ੁਕਰ ਹੈ ਖੁਦਾ ਦਾ ਕਿ ਅਸੀਂ ਮੇਰੇ ਕੇਕ ਖਾਦੇ ਵਿੱਚ ਖੁਸ਼ ਹਾਂ ਔਰ ਜਿੰਨੇ ਵੀ ਵਿਊਅਰਸ ਆ ਆਮ ਸ਼ੋਰ ਤੁਸੀਂ ਉਹਨਾਂ ਨੂੰ ਵੀ ਦੱਸ ਸਕਦੇ ਹੈਗੇ ਕਿ ਜੇ ਜ਼ਿੰਦਗੀ ਪਾਉਣੀ ਹੈਗੀ ਆ ਤਾਂ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਹੀ ਜ਼ਿੰਦਗੀ ਆ ਮੈਂ ਆਪਣੇ ਵਿਊਅਰ ਨੂੰ ਦੱਸਣਾ ਚਾਹੁੰਦਾ ਹਾਂ ਖੁਦਾ ਨੇ ਸਾਡੀ ਬਹੁਤ ਮਦਦ ਕੀਤੀ ਆ ਤੁਸੀਂ ਵੀ ਆਓ ਖੁਦਾ ਦੇ ਵਿੱਚ ਉਹ ਖੁਦਾ ਜਿਹੜਾ ਆ ਉਹ ਖੁਦਾ ਮਦਦ ਕਰਨ ਵਾਲਾ ਖੁਦਾ ਆ ਖੁਦਾ ਕਹਿੰਦਾ ਆ ਬਾਈਬਲ ਸਾਨੂੰ ਦੱਸਦੀ ਆ ਕਿ ਤੁਸੀਂ ਹਮੇਸ਼ਾ ਉਹਦੇ ਵਿੱਚ ਰਹੋ ਖੁਦਾ ਦੇ ਵਿੱਚ ਰਹੋ ਜੇ ਤੁਸੀਂ ਅੱਜ ਖੁਦਾ ਨੂੰ ਜਾਈ ਜਾਣਦੇ ਤਾਂ ਉਹ ਖੁਦਾ ਨੂੰ ਪਾ ਲਓ ਉਹਦੇ ਖੁਦਾ ਤੋਂ ਬਗੈਰ ਅਸੀਂ ਕੁਛ ਨਹੀਂ ਗਏ ਅਸੀਂ ਉਹਦੇ ਖੁਦਾ ਦੇ ਘਰ ਵਿੱਚ ਜਾਣਾ ਆ ਇੱਕ ਦਿਨ ਅਸੀਂ ਖੁਦਾ ਦੇ ਘਰ ਵਿੱਚ ਜਾਣਾ ਆ ਤਾਂ ਉਹ ਤੁਹਾਨੂੰ ਕਹੂਗਾ ਵੈਲ ਡਨ ਮਾਈ ਗੁੱਡ ਫੇਥਫੁਲ ਸਰਵੈਂਟ ਕਿ ਥੈਂਕ ਯੂ ਪਾਸਟਰ ਜੀ ਤੁਸੀਂ ਮੈਨੂੰ ਇਨਵਾਈਟ ਕੀਤਾ ਮੈਂ ਤੁਹਾਡਾ ਥੈਂਕ ਯੂ ਕਰਨਾ ਹੈਗਾ ਕਿ ਮੇਰਾ ਭਰਾ ਆ ਕੇ ਔਰ ਅੱਛੀਆਂ ਗਵਾਹੀਆਂ ਔਰ ਅੱਛੀਆਂ ਗੱਲਾਂ ਬਾਤਾਂ ਕਰੇ ਮੇ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਇੱਕ ਅੱਛੇ ਡਰਾਈਵਿੰਗ ਇੰਸਟ੍ਰਕਟਰ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਸਟੂਡੈਂਟ ਨੂੰ ਅੱਛੀ ਤਰ੍ਹਾਂ ਰੂਲਸ ਐਂਡ ਰੈਗੂਲੇਸ਼ਨਸ ਆਫ ਦ ਰੋਡ ਸਿਖਾਉਣੇ ਭਾਜੀ ਪੌਲ ਗੱਡੀਆਂ ਵੀ ਸਿਖਾਉਂਦੇ ਆ ਤਾਂ ਨਾਲ ਨਾਲ ਖੁਦਾ ਦਾ ਵਚਨ ਵੀ ਵੰਡਦੇ ਆ ਮੇਰੀ ਉਮੀਦ ਆ ਮੇਰੀ ਦੁਆ ਹੈ ਕਿ ਤੁਸੀਂ ਵੀ ਆਪਣੇ ਕੰਮਾਂ ਕਾਰਾਂ ਵਿੱਚ ਖੁਦਾ ਦੀ ਗਵਾਹੀ ਦੂਸਰਿਆਂ ਨਾਲ ਸਾਂਝੀ ਕਰਨਗੇ ਯਾਦ ਨਹੀਂ ਭੁਲਾਉਣਾ ਬਸ ਇੰਨਾ ਹੀ ਟਾਈਮ ਆ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਫੋਰ ਜੁਆਇਨਿੰਗ ਮੀ ਅੰਟਿਲ ਨੈਕਸਟ ਟਾਈਮ ਜੈ ਮਸੀਹ ਕੀ Hey, if you like the show, please make sure you hit the subscribe button now. Turn on those notifications so you don't miss the next show. Keep watching and stay blessed.